ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ ਅੱਜ ਜਿਹੜੀ ਵੀਡੀਓ ਹੈਗੀ ਆ ਬੇਟੇ ਇਹ ਤੁਹਾਡੇ ਸਾਰਿਆਂ ਵਾਸਤੇ ਹੈ ਤੇ ਪਿਛਲੇ 2-3 ਦਿਨ ਤੋਂ ਕਾਫੀ ਸਾਰੇ ਬੱਚਿਆਂ ਦੇ ਮੈਸੇਜ ਆਏ ਕਾਲਸ ਆਈਆਂ ਤੇ ਤੁਹਾਨੂੰ ਸਭ ਨੂੰ ਪਤਾ ਹੀ ਆ ਬੇਟੇ ਮੈਂ ਕਾਲ ਕਿਉਂ ਨਹੀਂ ਟੈਂਡ ਕਰ ਪਾਇਆ ਮੈਂ ਅੱਜ ਸਵੇਰੇ ਇਕੱਲੇ-ਇਕੱਲੇ ਬੱਚੇ ਦਾ ਰਿਪਲਾਈ ਕੀਤਾ ਲਗਭਗ 2-250 ਮੈਸੇਜ ਸੀਗਾ ਤੇ ਲਾਸਟ ਵੀਕ ਤੁਹਾਨੂੰ ਪਤਾ ਹੀ ਹੈ ਬੇਟੇ ਘਰ ਦੇ ਵਿੱਚ ਕਿਸੇ ਦੀ ਡੈਥ ਹੋਣ ਕਰਕੇ ਕੱਲ ਅਖੰਡ ਪਾਠ ਸਾਹਿਬ ਸੀਗਾ ਤੇ ਉਹਦੇ ਕਰਕੇ ਬਿਜ਼ੀ ਸੀਗਾ ਮੈਂ ਤੇ ਅੱਜ ਸਵੇਰੇ ਮੈਂ ਸਾਰਿਆਂ ਦੇ ਰਿਪਲਾਈ ਕੀਤੇ ਆ ਹੁਣ ਆਪਾਂ ਗੱਲ ਕਰਦੇ ਆ ਬੇਟੇ ਅੱਜ ਮੈਂ ਜਿਹੜੀ ਵੀਡੀਓ ਲੈ ਕੇ ਆਇਆ ਇਹ ਕਾਫੀ ਸਾਰਾ ਜਿਹੜਾ ਮੈਸੇਜ ਹੈਗੇ ਆ ਜਾਂ ਹਰੇਕ ਗਰੁੱਪ ਦੇ ਵਿੱਚ ਬੱਚੇ ਗੱਲ ਕਰ ਰਹੇ ਨੇ ਜਿਹੜਾ ਮੁੱਦਾ ਜ਼ਿਆਦਾ ਭਖਿਆ ਹੋਇਆ ਆਪਣਾ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਜਿਹੜਾ ਕਨਸਟੇਬਲ ਹੈ ਉਹਦੀ ਜਿਹੜੀ ਮੈਰਿਟ ਲਿਸਟ ਆਈ ਹੈ ਬੱਚਿਆਂ ਨੂੰ ਉਹਦੇ ਵਿੱਚ ਇਹ ਕਲੀਅਰ ਨਹੀਂ ਹੈਗਾ ਉਹ ਮੈਰਿਟ ਲਿਸਟ ਹੈ ਜਾਂ ਕੱਟ ਆਫ ਲਿਸਟ ਹੈ ਤਾਂ ਉਹਦਾ ਮੁੱਦਾ ਕਾਫੀ ਜ਼ਿਆਦਾ ਕੀ ਆ ਭਖ ਰਿਹਾ ਹੈ ਤਾਂ ਆਪਾਂ ਅੱਜ ਗੱਲ ਕਰਾਂਗੇ ਪਹਿਲਾਂ ਤਾਂ ਆਪਾਂ ਅ제 ਕਾਰਨ ਦੱਸਦਾ ਦੇਖੋ ਪਹਿਲਾ ਕਾਰਨ ਦੱਸੂਗਾ ਤੁਹਾਨੂੰ ਮੈਂ ਵੀ ਕਿਉਂ ਨਹੀਂ ਆਈ ਉਹ ਮੈਰਿਟ ਲਿਸਟ ਕੋਮਨ ਕਿਉਂ ਨਹੀਂ ਆਏਗੀ ਕੋਮਨ ਕਿਉਂ ਆਈ ਹੈ ਅਲੱਗ-ਅਲੱਗ ਕਿਉਂ ਨਹੀਂ ਆਏਗੀ ਅਲੱਗ ਕੈਡਰ ਵਾਈਜ਼ ਕਿਉਂ ਨਹੀਂ ਆਏਗੀ ਉਹਦਾ ਕਾਰਨ ਕੀ ਹੈ ਕਾਰਨ ਜਾਣਨ ਤੋਂ ਬਾਅਦ ਫਿਰ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਕਿ ਸਰ ਇਹ ਅਲੱਗ-ਅਲੱਗ ਹੋਣੀ ਚਾਹੀਦੀ ਸੀ ਜਾਂ ਨਹੀਂ ਆਉਣੀ ਚਾਹੀਦੀ ਸੀ ਜਾਂ ਤੁਸੀਂ ਮੇਰੇ ਨਾਲ ਸਹਿਮਤ ਹੋ ਦੇਖੋ ਕੋਈ ਵੀ ਭਰਤੀ ਆਉਂਦੀ ਹੈ ਬੇਟੇ ਪੰਜਾਬ ਦੇ ਵਿੱਚ ਆਪਾਂ ਉਹਦੇ ਵਿੱਚ ਕਦੇ ਵੀ ਇਹ ਮਤਲਬ ਕਿ ਮੇਰਾ ਜੋ ਮਕਸਦ ਹੁੰਦਾ ਹੈ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਰੋਜ਼ਗਾਰ ਮਿਲੇ ਜਿੱਥੇ ਬੱਚੇ ਨਾਲ ਤੱਕਾ ਹੁੰਦਾ ਉਹਦੇ ਨਾਲ ਖੜਿਆ ਜਾਵੇ ਜਾਂ ਉਹਨੂੰ ਸਹੀ ਗਾਈਡ ਕੀਤਾ ਜਾਵੇ ਕਦੇ ਵੀ ਇਹ ਮਕਸਦ ਜਾਂ ਮਨਸ਼ਾ ਨਹੀਂ ਹੁੰਦੀ ਕਿ ਭਰਤੀ ਵਿੱਚ ਅੜਿੱਕਾ ਬਣਿਆ ਜਾਵੇ ਕਿਉਂਕਿ ਆਲਰੇਡੀ ਬਹੁਤ ਸਾਰੀਆਂ ਭਰਤੀਆਂ ਹੁੰਦੀਆਂ ਸਰਕਾਰਾਂ ਦੇ ਕਰਕੇ ਨਕਲ ਕਰਨ ਵਾਲਿਆਂ ਕਰਕੇ ਹੀ ਅੜਿੱਕੇ ਬਣ ਜਾਂਦੇ ਆ ਜਿਹੜੇ ਪੜ੍ਹੇ ਲਿਖੇ ਜਾਂ ਜਿਹੜੇ ਮਿਹਨਤ ਕਰਦੇ ਬੱਚੇ ਉਹ ਰਹਿ ਜਾਂਦੇ ਆ ਤੇ ਉਹ ਨਿਰਾਸ਼ ਵੀ ਹੋ ਜਾਂਦੇ ਆ ਨਿਰਾਸ਼ ਹੋ ਕੇ ਕਈ ਫੋਰਨ ਚਲੇ ਜਾਂਦੇ ਆ ਕਈ ਵਿਚਾਰੇ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ ਤਾਂ ਆਪਣਾ ਮਕਸਦ ਸਿਰਫ ਭਰਤੀ ਨੂੰ ਕੰਪਲੀਟ ਕਰਨਾ ਹੁੰਦਾ ਤੇ ਜਿੱਥੇ ਬੱਚਿਆਂ ਦਾ ਬੱਚਿਆਂ ਨੂੰ ਲੱਗਦਾ ਸਾਡੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਖੜਨਾ ਹੁੰਦਾ ਠੀਕ ਹੈ ਜੀ ਬਾਕੀ ਬਹੁਤ ਸਾਰੇ ਅਜਿਹੇ ਬੰਦੇ ਵੀ ਹੈਗੇ ਆ ਜਿਹੜੇ ਭਰਤੀਆਂ 'ਚ ੜਿੱਕਾ ਮੰਨਦੇ ਆ ਟਾਈਮ ਆਉਣ ਤੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸੇ ਜਾਣਗੇ ਉਹ ਇੱਕ ਅਲੱਗ ਮੁੱਦਾ ਹੈ ਉਹਦੇ ਬਾਰੇ ਫੇਰ ਚਰਚਾ ਕਰਾਂਗੇ ਅੱਜ ਆਪਾਂ ਗੱਲ ਕਰਨੀ ਆ ਬੇਟੇ ਜਿਹੜਾ ਆਪਣਾ ਇਹ ਇੰਟੈਲੀਜੈਂਸੀ ਪੰਜਾਬ ਪੁਲਿਸ ਦੇ ਵਿੱਚ ਪੋਸਟ ਆਈ ਸੀ 2021 ਦੇ ਵਿੱਚ ਇਹ ਪੇਪਰ ਪਹਿਲਾਂ ਕੈਨਸਲ ਹੋ ਗਿਆ ਸੀ ਇਹ ਪੇਪਰ ਦੁਬਾਰਾ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇ ਤੇ ਇਨਵੈਸਟੀਗੇਸ਼ਨ ਕ੍ਰੈਡਰ ਦੇ ਵਿੱਚ ਵੀ ਜਿਹੜੀ ਪੋਸਟ ਹੈਗੀ ਹੈ ਵੀ ਰਾਜੇ ਦੋਨੇ ਕੀ ਨੇ ਕਾਂਸਟੇਬਲ ਰੈਂਕ ਦੀਆਂ ਪੋਸਟਾਂ ਨੇ ਹੁਣ ਮੈਨੂੰ ਲੱਗਦਾ ਵੀ ਘੱਟੋ ਘੱਟ ਹਰੇਕ ਗਰੁੱਪ ਦੇ ਵਿੱਚ ਵੀ ਇਹੀ ਗੱਲ ਚੱਲ ਰਹੀ ਹੈ ਪਲੱਸ ਮੇਰੇ ਕੋਲੇ ਜਿਹੜੇ ਪਰਸਨਲ ਮੈਸੇਜ ਆਇਆ ਬੇਟੇ 200 2200 ਤੋਂ ਬਾਅਦ ਮੈਸੇਜ ਆਇਆ ਹੈ ਕਿ ਸਰ ਤੁਸੀਂ ਸਾਡੇ ਨਾਲ ਖੜੇ ਹੋਵੋ ਤੁਹਾਡੀ ਤੋਂ ਉਮੀਦ ਹੈ ਪਹਿਲਾਂ ਪੁਲੀਸ ਮੇਰੀ ਗੱਲ ਜਰੂਰ ਧਿਆਨ ਨਾਲ ਸੁਣ ਲਿਓ ਬੇਟੇ ਜੇ ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਹੋ ਕਦੇ ਵੀ ਮੇਰਾ ਮਕਸਦ ਹਮੇਸ਼ਾ ਸਹੀ ਗਾਈਡ ਕਰਨਾ ਹੁੰਦਾ ਹੈ ਹੁਣ ਕਿਉਂ ਨਹੀਂ ਆਏਗੀ ਕਾਮਨ ਮੈਰਿਟ ਲਿਸਟ ਅਲੱਗ-ਅਲੱਗ ਮੈਰਿਟ ਲਿਸਟ ਕਿਉਂ ਨਹੀਂ ਆਈ ਕਾਮਨ ਕਿਉਂ ਆਈ ਹੈ ਉਹਦਾ ਕਾਰਨ ਦੱਸਦਾ ਤੁਸੀਂ ਉਹ ਜਿਹੜਾ ਇਹਦਾ ਕਾਰਨ ਹੈਗਾ ਬੇਟੇ ਤੁਹਾਡੇ ਨੋਟੀਫਿਕੇਸ਼ਨ ਦੇ ਵਿੱਚ ਹੀ ਪਿਆ ਤਾਂ ਇੱਕ ਵਾਰੀ ਜ਼ਰੂਰ ਉਸ ਨੂੰ ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਫਿਰ ਉਸ ਤੋਂ ਬਾਅਦ ਤੁਸੀਂ ਆਪ ਹੀ ਡਿਸਾਈਡ ਕਰ ਲਿਓ ਵੀ ਇਹ ਆਉਣੀ ਚਾਹੀਦੀ ਸੀ ਜਾਂ ਨਹੀਂ ਆਉਣੀ ਚਾਹੀਦੀ ਸੀ ਕਿ ਜੇ ਤੁਹਾਨੂੰ ਲੱਗਦਾ ਵੀ ਆਉਣੀ ਚਾਹੀਦੀ ਹੋਊਗੀ ਤਾਂ ਆਪਾਂ ਤੁਹਾਡੇ ਨਾਲ ਖੜੇ ਹਾਂ ਜਿੱਥੇ ਕਹੂੰਗੇ ਆਪਾਂ ਤੁਹਾਡੇ ਨਾਲ ਚੱਲਾਂਗੇ ਵੀ ਤਾਂ ਗੱਲ ਕਰਦੇ ਹਾਂ ਰਾਜੇ ਪਹਿਲਾਂ ਹੁਣ ਇਹ ਜਿਹੜੀ ਆ ਤੁਹਾਡੀ ਕੀ ਆਈ ਹੈ ਰਾਜੇ ਇੱਕ ਕੱਟ ਆਫ ਲਿਸਟ ਹੁੰਦੀ ਹੈ ਇੱਕ ਮੈਟ ਲਿਸਟ ਹੁੰਦੀ ਹੈ ਬੇਟੇ ਇੱਕ ਕੱਟ ਆਫ ਲਿਸਟ ਹੁੰਦੀ ਹੈ ਕੱਟ ਆਫ ਲਿਸਟ ਹੁੰਦੀ ਹੈ ਸਟੇਜ 2 ਵਾਸਤੇ ਜਿਹੜੀ ਮੈਟ ਲਿਸਟ ਹੁੰਦੀ ਹੈ ਰਾਜੇ ਫਾਈਨਲ ਸਿਲੈਕਸ਼ਨ ਲਿਸਟ ਹੁੰਦੀ ਹੈ ਮੈਟ ਲਿਸਟ ਦਾ ਮਤਲਬ ਹੁੰਦਾ ਹੈ ਕਿ ਫਾਈਨਲ ਸਿਲੈਕਸ਼ਨ ਜਿਹਦੇ ਵਿੱਚ ਤੁਹਾਡਾ ਕੀ ਹੋ ਗਈ ਸਿਲੈਕਸ਼ਨ ਹੋ ਗਈ ਹੈ ਠੀਕ ਹੈ ਹੁਣ ਦੇਖੋ ਜਿਹੜੀ ਆਈ ਸੀ ਕੀ ਤੁਹਾਡੀ ਇੰਟੈਲੀਜੈਂਟ ਅਸਿਸਟੈਂਟ ਤੇ ਇਨਵੈਸਟੀਗੇਸ਼ਨ ਕੈਡਰ ਦੀ ਕਾਮਨ ਆਈ ਹੈ ਕੱਟ ਆਫ ਕਾਦੇ ਵਾਸਤੇ ਫਿਜ਼ੀਕਲ ਵਾਸਤੇ ਹੁਣ ਇਹਦੇ ਵਿੱਚ ਦੇਖੋ ਅਗਰ ਆਪਾਂ ਗੱਲ ਕਰੀਏ ਜਨਰਲ ਮੇਲ ਦੀ ਗੱਲ ਕਰ ਲਈਏ ਫੀਮੇਲ ਦੀ ਗੱਲ ਕਰ ਲਈਏ ਕੱਟਆਫ ਆਈ ਹੈ ਹੁਣ ਸਭ ਤੋਂ ਵੱਡੀ ਗੱਲ ਹੈਰਾਨੀ ਦੀ ਇਹ ਹੈ ਕਿ ਮੈਰਿਟ ਜਿਹੜੀ ਕੱਟਆਫ ਲਿਸਟ ਆਈ ਹੈ ਕਾਫੀ ਹਾਈ ਆਈ ਹੈ ਹੁਣ ਹਾਈ ਕਿਉਂ ਆਈ ਹੈ ਇਹਦਾ ਵੀ ਇੱਕ ਕਾਰਨ ਹੈ ਇਹਦਾ ਕਾਰਨ ਮੈਂ ਐਂਡ ਵਿੱਚ ਦੱਸੂਗਾ ਇਹਦਾ ਕਾਰਨ ਵੀ ਹੈ ਇਹਦਾ ਕਾਰਨ ਵੀ ਇੱਕ ਬਹੁਤ ਵੱਡਾ ਮੁੱਦਾ ਹੈ ਜਿਹਦੇ ਕਰਕੇ ਹਾਈ ਆਈ ਹੈ ਨਹੀਂ ਇੰਨੇ ਹਾਈ ਨਹੀਂ ਆਉਣੀ ਸੀਗੀ ਇਹ 100 ਤੋਂ ਥੱਲੇ ਹੀ ਰਹਿਣੀ ਸੀਗੀ ਠੀਕ ਹੈ 90 90 ਦੇ ਨੇੜੇ ਜੜੇ ਰਹਿਣੀ ਸੀਗੀ ਠੀਕ ਹੈ ਜੀ ਮੇਲ ਦੀ ਗੱਲ ਕਰ ਰਿਹਾ ਮੈਂ ਚਲੋ ਇਹ ਆ ਗਈ ਆ ਹੁਣ ਇਹਦੇ ਤੇ ਆਪਾਂ ਚਰਚਾ ਕਰਦੇ ਆ ਆਪਣੇ ਜਿਹੜੀ ਮਕਸਦ ਆ ਵੀਡੀਓ ਦਾ ਇਹ ਹੈਗਾ ਜੀ ਇਹ ਕਾਮਨ ਕਿਉਂ ਆਈ ਆ ਇਹਦਾ ਕਾਰਨ ਦੱਸਣਾ ਹੁਣ ਦੇਖੋ ਇਹ ਜਿਹੜੀਆਂ ਪੋਸਟਾਂ ਹੈਗੀਆਂ ਬੇਟੇ ਅਗਰ ਆਪਾਂ ਨੋਟੀਫਿਕੇਸ਼ਨ ਵਾਲ ਦੇਖੀਏ ਤਾਂ ਪੋਸਟਾਂ ਵੀ ਅਲੱਗ-ਅਲੱਗ ਨੇ ਜੇ ਆਪਾਂ ਹੁਣ ਗੱਲ ਕਰੀਏ ਜਿਹੜਾ ਇੰਟੈਲੀਜੈਂਟ ਅਸਿਸਟੈਂਟ ਉਹਦੇ ਵਿੱਚ 818 ਪੋਸਟਾਂ 24 ਸਪੋਰਟਸਮੈਨ ਆ ਟੋਟਲ ਠੀਕ ਹੈ ਜੀ 794 ਹੋ ਗਈਆਂ ਕਿਉਂਕਿ ਸਪੋਰਟਸਮੈਨ ਦੀਆਂ ਜ਼ਰਬ ਹੁੰਦੀਆਂ ਆ ਉਹਦਾ ਕੋਈ ਟੈਸਟ ਨਹੀਂ ਹੁੰਦਾ ਉਹਨਾਂ ਦਾ ਜੋ ਵੀ ਹਸਾਬ-ਤਬ ਹੁੰਦਾ ਕਹਿੰਦਾ ਆਪਾਂ ਕਿ ਆਪਣੀਆਂ ਨੇ 79 ਅਨਵੈਸਟੀਗੇਸ਼ਨ ਕਾਡਰ ਦੀਆਂ ਪਹਿਲੀ ਤਾਂ ਗੱਲ ਇਹੇ ਧਿਆਨ ਚ ਰੱਖਿਓ ਦਿਮਾਗ ਦੇ ਵਿੱਚ ਰੱਖਿਓ ਦੋਨਾਂ ਦਾ ਰੈਂਕ ਸੇਮ ਹੈ ਦੋਨੇ ਕਨਸਟੇਬਲ ਰੈਂਕ ਦੀਆਂ ਪੋਸਟਾਂ ਨੇ ਠੀਕ ਹੈ ਜੀ ਪਹਿਲੀ ਗੱਲ ਕਲੀਅਰ ਹੋ ਗਈ ਹੁਣ ਸਟੈਪ ਬਾਈ ਸਟੈਪ ਚੱਲਦੇ ਆ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜੂਗੀ ਹੁਣ ਸੈਕੰਡ ਅਗਰ ਆਪਾਂ ਗੱਲ ਕਰੀਏ ਇੱਥੇ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਹੁਣ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਹੈ ਬੇਟਾ ਜੇ ਮੈਂ ਗੱਲ ਕਰੂੰਗਾ ਇੰਟੈਲੀਜੈਂਸੀ ਦੀ ਗੱਲ ਕਰਾਂ ਤਾਂ ਇੰਟੈਲੀਜੈਂਸੀ ਦੇ ਵਿੱਚ ਜਿਆਦਾਤਰ ਜਿਹੜੇ ਆਈਟੀ ਬੈਕਗ੍ਰਾਉਂਡ ਦੇ ਕਹਿੰਦਾ ਭਾਅ ਜਿਨ੍ਹਾਂ ਨੇ ਜਾਂ ਤਾਂ ਸਿੰਪਲ ਬੀਏ ਕੀਤੀ ਹੈ ਨਾਲ ਕੋਈ ਕੰਪਿਊਟਰ ਦਾ ਡਿਪਲੋਮਾ ਕੀਤਾ ਲਾਈਕ ਡੋਆਇਕ ਤੋਂ ਕੀਤਾ ਨੈਲਾਈਟ ਤੋਂ ਕੀਤਾ ਪੀਜੀਡੀਸੀ ਕੀਤੀ ਹੈ ਜਾਂ ਫਿਰ ਉਹ ਬੱਚੇ ਐਲੀਜੀਬਲ ਨੇ ਜਿਨ੍ਹਾਂ ਦੀ ਹੈ ਹੀ ਜਿਹੜੀ ਗ੍ਰੈਜੂਏਸ਼ਨ ਆ ਕੰਪਿਊਟਰ ਦੇ ਵਿੱਚ ਹੈ ਚਾਹੇ ਕੰਪਿਊਟਰ ਸਾਇੰਸ ਆ ਕੰਪਿਊਟਰ ਐਪਲੀਕੇਸ਼ਨ ਆ ਚਾਹੇ ਉਹ ਆਈਟੀ ਹੈ ਚਾਹੇ ਉਹ ਬੀਟੈਕ ਹੈ ਕਹਿੰਦਾ ਭਾਅ ਬੀਸੀਏ ਐਮਟੈਕ ਐਮਸੀਏ ਵਾਲੇ ਬੱਚੇ ਦੇ ਵਿੱਚ ਐਲੀਜੀਬਲ ਸੀਗੇ ਸਿੰਪਲ ਬੀਏ ਵਾਲੇ ਬੱਚੇ ਸਿੰਪਲ ਬੀਕਾਮ ਠੀਕ ਹੈ ਜੀ ਬੀਬੀਏ ਤੇ ਹੋਰ ਵੀ ਜਿਹੜੀਆਂ ਆਪਣੀਆਂ ਡਿਗਰੀਆਂ ਹੁੰਦੀਆਂ ਜਿਹੜੀਆਂ ਆਈਟੀ ਬੈਕਗ੍ਰਾਉਂਡ ਤੋਂ ਨਹੀਂ ਹੁੰਦੀਆਂ ਉਹ ਸਾਰੇ एलिਜੀਬਲ ਨਹੀਂ ਸੀਗੇ ਇਸ ਪੋਸਟ ਵਾਸਤੇ ਪਰ ਆਪਾਂ ਫਿਰ ਵੀ ਦਿਮਾਗ ਦੇ ਵਿੱਚ ਆਪਣੇ ਹੁਣ ਚੱਲ ਰਿਹਾ ਜੇ ਉਹ ਬੱਚੇ एलिਜੀਬਲ ਨਹੀਂ ਸੀਗੇ ਤਾਂ ਫਿਰ ਕਾਮਨ ਮੈਰਿਟ ਲਿਸਟ ਕਾਮਨ ਜਿਹੜੀ ਕੱਟ ਆਫ ਲਿਸਟ ਕਿਉਂ ਲੈ ਕੇ ਆਏ ਇਹ ਤਾਂ ਉਹਦਾ ਗੱਲ ਦੱਸਦਾ ਮੈਂ ਤੁਹਾਨੂੰ ਹੁਣ ਜੇ ਆਪਾਂ ਇਨਵੈਸਟੀਗੇਸ਼ਨ ਦੀ ਗੱਲ ਕਰੀਏ ਤਾਂ ਇਹਦੀ ਸਿਰਫ ਸਿੰਪਲ ਗ੍ਰੈਜੂਏਸ਼ਨ ਚਾਹੀਏ ਸਿੰਪਲ ਬੀਏ ਹੈ ਬੀਕਾਮ ਹੈ ਬੀਬੀਏ ਹੈ ਜੋ ਮਰਜ਼ੀ ਤੁਸੀਂ ਕੀਤਾ ਹੋਇਆ ਤੁਸੀਂ ਸਾਰੇ एलिਜੀਬਲ ਸੀਗੇ ਇਹ ਤਾਂ ਕੁਆਲੀਫਿਕੇਸ਼ਨ ਦੀ ਗੱਲ ਹੋ ਗਈ ਉੱਪਰ ਪੋਸਟਾਂ ਦੀ ਵੀ ਗੱਲ ਹੋ ਹੁਣ ਆਪਾਂ ਗੱਲ ਕਰਦੇ ਆਂ ਦੇਖੋ ਮਿਨੀਮਮ ਮਾਰਕਸ ਹੁਣ ਕਈ ਬੱਚਿਆਂ ਦੇ ਦਿਮਾਗ 'ਚ ਇਹ ਆ ਗਿਆ ਜਿਵੇਂ ਹੁਣ ਟੈਕਨੀਕਲ ਪਿੱਛੇ ਜੇ ਪੋਸਟਾਂ ਆਈਆਂ ਸੀਗੀਆਂ ਤੁਹਾਡੇ ਕਾਂਸਟੇਬਲ ਤੇ ਸਬ ਇਨਸਪੈਕਟਰ ਟੈਕਨੀਕਲ ਸਰਵਿਸ ਕੈਡਰ ਦੇ ਵਿੱਚ ਆਈਆਂ ਸੀ ਟੀਐਸਐਸ ਬੋਲਦੇ ਉਹਨੂੰ ਠੀਕ ਆ ਜੀ ਹੁਣ ਉਹਦੇ ਵਿੱਚ ਕੀ ਸੀਗਾ ਬੇਟੇ ਉਹਨਾਂ ਨੇ ਮਿਨੀਮਮ ਮਾਰਕਸ ਰੱਖੇ ਸੀਗੇ 10% ਤੇ 15% ਉਹ ਸਾਰੇ ਬੱਚੇ ਬੁਲਾ ਲਏ ਸੀਗੇ ਉਹ 200 ਨੰਬਰ ਦਾ ਪੇਪਰ ਸੀਗਾ ਉਹਦੇ ਵਿੱਚ ਸਾਰੇ ਬੱਚੇ ਹੀ ਬੁਲਾ ਲਏ ਸੀਗੇ ਕਾਦੇ ਵਾਸਤੇ ਫਿਜ਼ੀਕਲ ਵਾਸਤੇ ਉਹ ਤਾਂ ਬੁਲਾ ਲਏ ਸੀ ਕਿਉਂਕਿ ਬੇਟਾ ਉਹਦੇ ਵਿੱਚ ਬੱਚੇ ਘੱਟ ਸੀਗੇ ਹੁਣ ਕਈ ਬੱਚੇ ਕਹਿੰਦੇ ਸਰ ਜੀ ਇੱਥੇ ਸਾਰੇ ਮਤਲਬ ਜਿਨ੍ਹਾਂ ਦੇ ਨੰਬਰ 25% ਆ ਜਾਂ 30% ਆ ਸਾਰੇ ਕਿਉਂ ਨਹੀਂ ਬੁਲਾਏ ਗਏ ਫਿਜ਼ੀਕਲ ਵਾਸਤੇ ਉਹਦਾ ਵੀ ਮੈਂ ਕਾਰਨ ਦੱਸਦਾ ਇਹ ਜਿਹੜੇ ਮਿਨੀਮਮ ਮਾਰਕਸ ਰੱਖੇ ਗਏ ਆ ਤਾਂ ਰੱਖੇ ਜਾਂਦੇ ਬੇਟੇ ਹੁਣ ਕਈ ਵਾਰੀ ਕੀ ਹੁੰਦਾ ਹੈ ਕਈ ਵਾਰ ਰਿਜ਼ਰਵ ਕੈਟਾਗਰੀ ਹੋਗੀ ਜਿਵੇਂ ਐਕਸ ਸਰਵਿਸਮੈਨ ਹੋਗੀ ਉਹਨਾਂ ਦੇ ਮਾਰਕਸ ਹੀ ਮੰਨ ਲਓ 10 ਆਉਂਦੇ ਆ ਤਾਂ ਕਈ ਵਾਰੀ ਉਹ 10 ਵਾਲਾ ਵੀ ਸਿਲੈਕਟ ਹੋ ਜਾਂਦਾ ਹੈ ਇਸ ਚੀਜ਼ ਜਿਹੜੀ ਇਹ ਚੀਜ਼ ਨੂੰ ਰਿਮੂਵ ਕਰਨ ਵਾਸਤੇ ਦੂਰ ਕਰਨ ਵਾਸਤੇ ਇਹ ਮਿਨੀਮਮ ਮਾਰਕਸ ਰੱਖੇ ਜਾਂਦੇ ਆ ਬੇਟਾ ਲਿਖਿਆ ਕੀ ਗਿਆ ਕਹਿੰਦਾ ਜੀ ਜਦੋਂ ਨ ਜਿਹੜਾ ਆਪਣਾ ਟੈਸਟ ਆਊਗਾ ਜਿਹੜਾ ਆਪਣਾ ਰਿਜ਼ਲਟ ਆਊਗਾ ਉਹਦੇ ਦੀ ਸ਼ੈਡਿਊਲ ਕਾਸਟ ਹੋ ਗਿਆ ਬੈਕਵਰਡ ਕਲਾਸ ایਡਬਲਯੂਐਸ ਇਕਨੋਮਿਕਲ ਵੀਕਰ ਸੈਕਸ਼ਨ ਹੋ ਗਿਆ ਜਾਂ ਐਕਸ ਸਰਵਿਸਮੈਨ ਉਹਨਾਂ ਨੇ 25% ਨੰਬਰ ਲੈਣੇ ਆ ਤੇ ਬਾਕੀ ਸਾਰੀ ਕੈਟੇਗਰੀ ਨੇ ਕੀ ਲੈਣੇ ਸੀ 30% ਨੰਬਰ ਠੀਕ ਹੈ ਜੀ ਤਾਂ ਕਹਿਣ ਦਾ ਪਾਵੇ ਮਿਨੀਮਮ ਮਾਰਕਸ ਹੁੰਦੇ ਆ ਬਟ ਹੁਣ ਲਿਖੋ ਮਿਨੀਮਮ ਮਾਰਕ ਦੇ ਵਿੱਚ ਉਹਨਾਂ ਨੇ ਲਿਖਿਆ ਵੀ ਆਬ ਕੀ एलिजिਬਲ ਟੂ ਕਨਸੀਡਰ ਫॉर द ਨੈਕਸਟ ਸਟੇਜ ਸਿਲੈਕਸ਼ਨ ਪ੍ਰੋਸੈਸ ਇਹ ਸਾਰੇ एलिजिਬਲ ਨਹੀਂ ਬਟ ਬੁਲਾਏ ਕਿਉਂ ਨਹੀਂ ਗਏ ਉਹਦਾ ਕਾਰਨ ਵੀ ਅਗਲੀ ਹੀ ਮਤਲਬ ਤੁਹਾਡੀ ਨੋਟੀਫਿਕੇਸ਼ਨ ਦੇ ਵਿੱਚ ਕਲੌਜ਼ ਨੰਬਰ 8 ਪਿਆ ਉਹਦੇ ਵਿੱਚ ਲਿਖਿਆ ਗਿਆ ਕਿ ਸਫੀਸ਼ੀਐਂਟ ਨੰਬਰ ਆਫ ਕੈਂਡੀਡੇਟ ਵੁਡ ਬੀ ਸ਼ਾਰਟਲਿਸਟਿਡ ਐਂਡ ਕਾਲਡ ਫਾਰ ਦਾ ਸਟੇਜ 2 ਤਾਂ ਇਹ ਪੋਸਿਬਲ ਨਹੀਂ ਹੈਗਾ ਵੀ ਇੰਨੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਦਾ ਫਿਜ਼ੀਕਲ ਲਿਆ ਜਾਵੇ ਪੋਸਟਾਂ ਘੱਟ ਹੋਣ ਤੇ ਇੰਨੇ ਬੱਚਿਆਂ ਦਾ ਫਿਜ਼ੀਕਲ ਕਰਾਉਣਾ ਉਹ ਤਾਂ ਇੱਕ ਬੇਕੂਫੀ ਵਾਲੀ ਗੱਲ ਹੋਊਗੀ ਤਾਂ ਇਸ ਕਰਕੇ ਇਹਨਾਂ ਨੇ ਕੀ ਕੀਤਾ ਇੱਥੇ ਸ਼ਾਰਟ ਲਿਸਟ ਕੀਤੀ ਹੁਣ ਜਿਹੜੀ ਸ਼ਾਰਟ ਲਿਸਟ ਆਈ ਹੈ ਰਾਜੋ ਕਾਮਨ ਆਈ ਹੈ ਹੋᱱੋ ਮੈਂ ਪੂਰਾ ਨੋਟੀਫਿਕੇਸ਼ਨ ਨੂੰ ਘਟੋ ਘਟ ਪੰਜ ਸੱਤ ਵਾਰੀ ਪੜਿਆ ਉੱਥੇ ਕਦੇ ਕਿਤੇ ਵੀ ਨਹੀਂ ਮੈਨੂੰ ਇਹ ਵਾਰਡ ਲਿਖਿਆ ਮਿਲਿਆ ਕਿ ਡਿਫਰੈਂਟ ਡਿਫਰੈਂਟ ਕੀ ਆਊਗੀ ਸ਼ਾਰਟਲਿਸਟ ਆਊਗੀ ਉਹਦਾ ਕਾਰਨ ਕੀ ਹੈ ਜਿਹੜਾ ਫਿਜ਼ੀਕਲ ਹੈ ਰਾਜੇ ਉਹ ਬਿਲਕੁਲ ਫਿਜ਼ੀਕਲ ਸਟੈਂਡਰਡ ਫਿਜ਼ੀਕਲ ਮੈਜ਼ਰਮੈਂਟ ਸਕਰੀਨਿੰਗ ਸਾਰੀ ਸੇਮ ਹੈ ਹੁਣ ਕਾਮਨ ਕਿਉਂ ਆਈ ਹੈ ਮੈਰਟ ਲਿਸਟ ਜਿਹੜੀ ਇਹ ਕਾਮਨ ਕਿਉਂ ਲੈ ਕੇ ਆਏ ਨੇ ਕੱਟਆਫ ਲਿਸਟ ਉਹਦਾ ਕਾਰਨ ਕੀ ਹੈ ਰਾਜੇ ਜੋ ਤੁਸੀਂ ਫਾਰਮ ਭਰਿਆ ਸੀ ਤੁਹਾਡੇ ਉੱਤੇ ਇੱਕ ਚੁਆਇਸ ਲਈ ਗਈ ਸੀਗੀ ਚੁਆਇਸ ਕਾਦੀ ਕਿ ਤੁਸੀਂ ਕੱਲੇ ਇਨਵੈਸਟੀਗੇਸ਼ਨ ਦੇ ਵਿੱਚ ਐਲਿਜ਼ੀ ਵੱਲੋਂ ਜਾਂ ਫਿਰ ਦੋਨਾਂ ਵਿੱਚ ਐਲਿਜ਼ੀ ਵੱਲੋਂ ਜਾਂ ਕਿਹਦੇ ਵਿੱਚ ਇੰਟਰਸਟਿਡ ਹੋ ਕਈ ਬੱਚੇ ਹੀ ਹੋਣਗੇ ਜਿਹੜੇ ਦੋਵਾਂ ਤੇ ਐਲਿਜ਼ੀ ਵੱਲ ਹੋਣਗੇ ਜਿਨ੍ਹਾਂ ਕੋਲ ਕੰਪਿਊਟਰ ਡਿਗਰੀ ਹੋਊਗੀ ਜਿਨ੍ਹਾਂ ਕੋਲ ਕੰਪਿਊਟਰ ਡਿਗਰੀ ਨਹੀਂ ਹੈਗੀ ਉਹ ਕੱਲੇ ਕੀ ਹੋਣਗੇ ਇਨਵੈਸਟੀਗੇਸ਼ਨ ਦੇ ਵਿੱਚ ਹੋਣਗੇ ਤਾਂ ਇੱਥੇ ਇਹਨਾਂ ਨੇ ਕਿਤੇ ਵੀ ਨਹੀਂ ਲਿਖਿਆ ਗਿਆ ਵੀ ਕੋਮਨ ਮਤਲਬ ਨਹੀਂ ਆਊਗੀ ਅਲੱਗ-ਅਲੱਗ ਆਊਗੀ ਠੀਕ ਹੈ ਇੱਥੇ ਲਿਖਿਆ ਕੀ ਗਿਆ ਕਹਿੰਦਾ ਜੀ ਸਫੀਸ਼ੀਐਂਟ ਨੰਬਰ ਆਫ ਕੈਂਡੀਡੇਟਸ ਸ਼ਾਰਟਲਿਸਟ ਕੀਤੇ ਜਾਣਗੇ ਸਟੇਜ 2 ਵਾਸਤੇ ਕੀ ਦੇ ਬੇਸ ਦੇ ਉੱਪਰ ਜਿਹੜੇ ਐਗਰੀਗੇਟ ਜਾਂ ਕਮੂਲੇਟਿਵ ਮਾਰਕਸ ਤੁਸੀਂ ਅਬਟੇਨ ਕੀਤੇ ਆ ਕੰਪਿਊਟਰ ਬੇਸਡ ਟੈਸਟ ਜਾਂ ਤੁਹਾਡਾ ਰਿਟਨ ਟੈਸਟ ਹੋਇਆ ਉਹਦੇ ਬੇਸ ਦੇ ਵਿੱਚ ਕਿਉਂਕਿ ਲਗ ਲਗ ਸਟੇਜ ਦੇ ਵਿੱਚ ਹੋਇਆ ਹੋਊਗਾ ਤਾਂ ਨਾਰਮਲਾਈਜੇਸ਼ਨ ਹੋ ਕੇ ਆਇਆ ਹੋਊਗਾ ਰਿਜ਼ਲਟ ਤਾਂ ਕਹਿੰਦਾ ਮਤਲਬ ਜੋ ਵੀ ਤੁਹਾਡਾ ਫਿਜ਼ੀਕਲ ਮੇਅਰਮੈਂਟ ਹੋਣਾ ਐ ਡਾਕੂਮੈਂਟ ਦੀ ਸਕਰੀਨਿੰਗ ਹੋਣੀ ਐ ਜੋ ਵੀ ਤੁਹਾਡਾ ਸਾਰਾ ਕੁਝ ਫਿਜ਼ੀਕਲ ਹੋਣਾ ਰਾਜੇ ਉਹ ਇਸ ਦੇ ਉੱਪਰ ਬੇਸਡ ਵਿੱਚ ਹੋਣਾ ਤੇ ਇੱਥੇ ਕਿਤੇ ਨਹੀਂ ਲਿਖਿਆ ਗਿਆ ਵੀ ਡਿਫਰੈਂਟ ਡਿਫਰੈਂਟ ਆਊਗੀ ਠੀਕ ਹੈ ਤਾਂ ਕਮਨ ਆ ਗਈ ਠੀਕ ਹੈ ਕੋਮਨ ਆ ਗਈ ਗੱਲ ਸਮਝ ਆ ਗਿਆ ਕਾਰਨ ਕੀ ਉਹ ਕੋਮਨ ਕਿਉਂ ਆਈ ਹੈ ਹੁਣ ਦੂਜਾ ਅੱਗੇ ਅਗਰ ਆਪਾਂ ਵਧਦੇ ਆ ਤਾਂ ਤੁਹਾਨੂੰ ਧਿਆਨ ਦੇ ਵਿੱਚ ਦੇਣਾ ਮੇਰੇ ਕੋਲ ਫਿਜ਼ੀਕਲ ਸਟੈਂਡਰਡ ਵੀ ਸੇਮ ਹੈ ਚਾਹੀਓ ਇਨਵੈਸਟੀਗੇਸ਼ਨ ਹੈ ਚਾਹੀਓ ਇੰਟੈਲੀਜੈਂਸ ਹੈ ਚਾਹੀਓ ਇਨਵੈਸਟੀਗੇਸ਼ਨ ਹੈ ਦੋਨਾਂ ਵਿੱਚ ਹਾਈਟ ਵੀ ਸੇਮ ਹੈ ਫੀਮੇਲ ਮੇਲ ਦੀ ਕਹਿੰਦਾ ਭਾਵ ਕੋਈ ਡਿਫਰੈਂਸ ਨਹੀਂ ਹੈਗਾਗਾ ਜਸਟ ਕੁਆਲਿਫਿਕੇਸ਼ਨ ਦਾ ਡਿਫਰੈਂਸ ਸੀਗਾ ਮੈਂ ਉੱਪਰ ਦੱਸਤਾ ਪੋਸਟਾਂ ਦਾ ਫਰਕ ਸੀਗਾ ਉਹ ਵੀ ਦੱਸਤਾ ਹੁਣ ਇੱਕ ਚੀਜ਼ ਹੋਰ ਚੱਲੀਏ ਜੇ ਅਗਰ ਆਪਾਂ ਕਲੌਜ਼ ਨੰਬਰ 9 ਤੇ ਕਲੌਜ਼ ਨੰਬਰ 10 ਵੱਲ ਵੇਖੀਏ ਕਹਿੰਦਾ ਜੀ ਫਰੋਮ ਅਮੰਗਸਟ ਦਾ ਕੈਂਡੀਡੇਟਸ ਫਾਊਂਡ ਸਕਸੈਸਫੁਲ ਇਨ ਦਾ ਕੰਪਿਊਟਰ ਬੇਸਡ ਟੈਸਟ ਪਹਿਲੀ ਗੱਲ ਤਾਂ ਜਿਹੜੇ ਬੱਚਿਆਂ ਨੇ ਕੰਪਿਊਟਰ ਜਾਨੀ ਰਿਟਨ ਟੈਸਟ ਕਲੀਅਰ ਕੀਤਾ ਹੋਊਗਾ ਫਿਜ਼ੀਕਲ ਮੈਅਰਮੈਂਟ ਟੈਸਟ ਕਲੀਅਰ ਕੀਤਾ ਹੋਊਗਾ ਫਿਜ਼ੀਕਲ ਸਕਰੀਨਿੰਗ ਟੈਸਟ ਕਲੀਅਰ ਕੀਤਾ ਹੋਊਗਾ ਜਦੋਂ ਸਾਰੀਆਂ ਚੀਜ਼ਾਂ ਹੋ ਜਾਣ ਗਈਆਂ ਧਿਆਨ ਦੇ ਵਿੱਚ ਨੋਟ ਰੱਖਿਓ ਜਦੋਂ ਸਾਰੀਆਂ ਚੀਜ਼ਾਂ ਹੋ ਜਾਣਗੀਆਂ ਤਾਂ ਹਜੇ ਸਿਰਫ ਕੋਮਨ ਟੈਸਟ ਹੀ ਹੋਇਆ ਆਪਣਾ ਤਾਂ ਕਾਮਨ ਟੈਸਟ ਤੋਂ ਬਾਅਦ ਉਹਨਾਂ ਨੇ ਕਿਹਾ ਹੀ ਨਹੀਂ ਕਿ ਤੇ ਵੀ ਡਿਫਰੈਂਟ ਡਿਫਰੈਂਟ ਬਣੂਗੀ ਉਹਨਾਂ ਨੇ ਕਿਹਾ ਵੀ ਸਫੀਸ਼ੀਐਂਟ ਨੰਬਰ ਆਫ ਕੈਂਡੀਡੇਟ ਵੁਡ ਬੀ ਸ਼ਾਰਟ ਲਿਸਟਡ ਤਾਂ ਸਾਰੇ ਸ਼ਾਰਟ ਲਿਸਟ ਕੀਤੇ ਉਹਨਾਂ ਨੇ ਚਾਹੇ ਉਹਨਾਂ ਨੇ ਇੰਟੈਲੀਜੈਂਸ ਦਾ ਪੇਪਰ ਦਿੱਤਾ ਚਾਹੇ ਉਹਨਾਂ ਨੇ ਇਨਵੈਸਟੀਗੇਸ਼ਨ ਦਾ ਦਿੱਤਾ ਤਾਂ ਜਿਹੜੀ ਹੁਣ ਕਾਮਨ ਨਹੀਂ ਬਣਨੀ ਸੈਪਰੇਟ ਮੈਰਿਟ ਲਿਸਟ ਬਣਨੀ ਹੈ ਕਈ ਬੱਚੇ ਮੈਨੂੰ ਆਹ ਪੇਜ ਰੇ ਆ ਸਕਰੀਨ ਸ਼ਾਟ ਕਿ ਸਰ ਦੇਖੋ ਸੈਪਰੇਟ ਬਣਨੀ ਚਾਹੀਦੀ ਸੀ ਬੇਟਾ ਇਹ ਮੈਰਿਟ ਲਿਸਟ ਹੈ ਕੱਟ ਆਫ ਲਿਸਟ ਨਹੀਂ ਹੈਗੀਗੀ ਧਿਆਨ ਦੇ ਵਿੱਚ ਕਈ ਬੱਚਿਆਂ ਨੂੰ ਇਹ ਕਲੈਰਿਟੀ ਨਹੀਂ ਹੈਗੀ ਮ ਪ੍ਰੋਸੈਸ ਕੀ ਹੈ ਪਹਿਲਾਂ ਤੁਹਾਡਾ ਕੰਪਿਊਟਰ ਬੇਸਡ ਟੈਸਟ ਹੋਇਆ ਫਿਰ ਫਿਜ਼ੀਕਲ ਮੈਜ਼ਰਮੈਂਟ ਹੋਇਆ ਫਿਰ ਤੁਹਾਡੇ ਡਾਕੂਮੈਂਟ ਚੈੱਕ ਹੋਣਗੇ ਤੁਹਾਡੀ ਸਕਰੀਨਿੰਗ ਹੋਊਗੀ ਹਾਈਟ ਵਗੈਰਾ ਚੈੱਕ ਹੋਊਗੀ ਉਸ ਤੋਂ ਬਾਅਦ ਦੇਖੋ ਕਹਿੰਦਾ ਜੀ ਐਜ਼ ਪਰ ਆਰਡਰ ਆਫ ਦਾ ਮਾਰਕਸ ਓਬਟੇਨ ਇਨ ਦਾ ਕੰਪਿਊਟਰ ਬੇਸਡ ਟੈਸਟ ਤਾਂ ਜਿਹੜੇ ਆ ਫਿਜ਼ੀਕਲ ਮੈਜ਼ਰਮੈਂਟ ਹੈ ਜਾਂ ਫਿਜ਼ੀਕਲ ਸਕਰੀਨਿੰਗ ਹੈ ਤਾਂ ਕੁਆਲੀਫਾਈਇੰਗ ਨੇਚਰ ਹੈ ਤੁਹਾਡੇ ਜਿਹੜੀ ਮੈਰਿਟ ਬਣਨੀ ਹੈ ਰਾਜੇ ਕੰਪਿਊਟਰ ਬੇਸਡ ਟੈਸਟ ਤੇ ਬਣਨੀ ਹੈ ਪਰ ਇਹ ਤੁਸੀਂ ਦੋਨੇ ਕੁਆਲੀਫਾਈ ਕੀਤੇ ਹੋਣ ਜੇ ਤੁਸੀਂ ਕੁਆਲੀਫਾਈ ਕਰ ਦੋਗੇ ਬੇਟਾ ਫਿਰ ਤੁਹਾ ਹੁਣ ਕਹਿੰਦਾ ਭਾਵ ਤੁਹਾਡਾ ਫਿਜ਼ੀਕਲ ਹੋਣ ਤੋਂ ਬਾਅਦ ਤੁਹਾਡੀ ਸੈਪਰੇਟ ਮੈਰਿਟ ਲਿਸਟ ਬਣਨੀ ਹੈ ਜੇਕਰ ਨਹੀਂ ਬਣਦੀ ਫਿਰ ਆਪਾਂ ਕਹਿ ਸਕਦੇ ਹਾਂ ਧੱਕਾ ਕੀਤਾ ਡਿਪਾਰਟਮੈਂਟ ਨੇ ਜਦਕਿ ਉਹਨਾਂ ਨੇ ਕਲੀਅਰ ਕੱਟ ਮੈਂਸ਼ਨ ਕੀਤਾ ਹੋਇਆ ਹੈ ਠੀਕ ਹੈ ਹੁਣ ਫਿਰ ਵੀ ਮੈਂ ਇਹ ਮੈਂ ਦੇਖੋ ਮੈਂ ਜਿੰਨੀ ਕਿ ਮੈਨੂੰ ਸਮਝ ਬਖਸ਼ੀ ਪਰਮਾਤਮਾ ਨੇ ਮੈਂ ਤੁਹਾਨੂੰ ਸਮਝਾਤਾ ਹੁਣ ਫਿਰ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਨਾਲ ਧੱਕਾ ਹੋਇਆ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਫਿਰ ਆਪਾਂ ਬੋਰਨਾ ਗੱਲ ਕਰ ਸਕਦੇ ਹਾਂ ਉੱਥੇ ਇੱਕ ਕੁਐਰੀ ਪਾ ਸਕਦੇ ਹਾਂ ਆਪਾਂ ਇਹਦੇ ਵਿੱਚ ਅੜਿੱਕਾ ਨਹੀਂ ਬਣਨਾ ਚਾਹੁੰਦੇ ਜੋ ਚੀਜ਼ ਤੁਹਾਡੇ ਸਾਹਮਣੇ ਸੀਗੀ ਠੀਕ ਹੈ ਤੁਹਾਡੇ ਸਾਹਮਣੇ ਮੈਂ ਪੇਸ਼ ਕਰਤੀ ਕਈ ਚੀਜ਼ਾਂ ਤੁਹਾਨੂੰ ਸਮਝ ਨਹੀਂ ਹੁੰਦੀਆਂ ਬੱਚਿਆਂ ਨੂੰ ਉਸ ਲੈਵਲ ਤੇ ਤਾਂ ਇੱਕ ਟੀਚਰ ਲੈਵਲ ਤੇ ਕਈ ਵਾਰ ਚੀਜ਼ਾਂ ਕਲੀਅਰ ਹੋ ਜਾਂਦੀਆਂ ਤਾਂ ਤੁਹਾਨੂੰ ਸਮਝਾਉਣ ਦਾ ਮੈਂ ਯਤਨ ਕੀਤਾ ਠੀਕ ਹੈ ਕਈ ਬੱਚੇ ਹੋ ਸਕਦਾ ਮੈਨੂੰ ਮੇਰੇ ਮੈਨੂੰ ਮੇਰੇ ਐਂਟੀ ਹੋ ਜਾਣ ਜਾਂ ਮੈਨੂੰ ਕਹਿਣ ਵੀ ਸਰ ਤੁਸੀਂ ਗਲਤ ਦੱਸਿਆ ਗਲਤ ਨਹੀਂ ਦੱਸਿਆ ਮੈਂ ਉਹ ਚੀਜ਼ ਦੱਸੀ ਜਿਹੜੀ ਤੁਹਾਨੂੰ ਤੁਹਾਡੇ ਸਾਹਮਣੇ ਉਹਨਾਂ ਨੇ ਦਿੱਤੀ ਸੀਗੀ ਠੀਕ ਹੈ ਜੇ ਦੇਖੋ ਤੁਹਾਨੂੰ ਲੱਗਦਾ ਵੀ ਅਸੀਂ ੱੱਕਾ ਹੋਇਆ ਫਿਰ ਤੁਸੀਂ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਦਾ ਹਾਂ ਦੇਖੋ ਲਾਸਟ ਪੂਰਾ ਵੀਕ ਮੈਂ ਨਹੀਂ ਸੀਗਾ ਅਟੈਚ ਨਾ ਤਾਂ ਮੈਂ ਕਿਸੇ ਵੀਡੀਓ ਜੀ ਚ ਅਟੈਚ ਸੀਗਾ ਆ ਫੋਨ ਦੇ ਨਾਲ ਟੈਸ ਸੀਗਾ ਉਹਦਾ ਕਾਰਨ ਤੁਹਾਨੂੰ ਮੈਂ ਦੱਸਦਾ ਵੀ ਉਹ ਚਲੋ ਮਿਸ ਹੈਪਨਿੰਗ ਹੋ ਗਈ ਘਰ ਵਿੱਚ ਕਿਸੇ ਡੈਥ ਹੋਣ ਕਰਕੇ ਤਾਂ ਫਿਰ ਜੇ ਤੁਸੀਂ ਇਹਦੇ ਵਿੱਚ ਧੱਕਾ ਕਹਿਣੇ ਹੋ ਫਿਰ ਤੁਸੀਂ ਇਹਦੇ 'ਚ ਕਿਉਂ ਨਹੀਂ ਬੋਲੇਗੇ ਸਬ ਇਨਸਪੈਕਟਰ ਵਿੱਚ ਤਾਂਹੀ ਚੀਜ਼ ਹੋਈ ਆ ਬੇਟਾ ਸਬ ਇਨਸਪੈਕਟਰ ਦੇ ਵਿੱਚ ਵੀ ਦੇਖੋ ਪੋਸਟ ਸੀਗੀ ਤੁਹਾਡੀ ਸਬ ਇਨਸਪੈਕਟਰ ਦੀ ਇਨਵੈਸਟੀਗੇਸ਼ਨ ਦੇ ਵਿੱਚ ਵੀ ਸੀਗੀ ਡਿਸਟ੍ਰਿਕਟ ਦੇ ਵਿੱਚ ਵੀ ਸੀਗੀ ਆਰਮ ਦੇ ਵਿੱਚ ਵੀ ਸੀਗੀ ਇੰਟੈਲੀਜੈਂਸ ਦੇ ਵਿੱਚ ਵੀ ਸੀਗੀ ਤਾਂ ਉਹਦੇ ਵਿੱਚ ਵੀ ਦੇਖੋ ਅਗਰ ਮੈਂ ਆਪਾਂ ਗੱਲ ਕਰੀਏ ਤਾਂ ਕੁਆਲਿਫੀਕੇਸ਼ਨ ਸਬ ਇਨਸਪੈਕਟਰ ਡਿਸਟ੍ਰਿਕਟ ਕੈਡਰ ਦੀ ਆਰਮ ਕੈਡਰ ਦੀ ਇਨਵੈਸਟੀਗੇਸ਼ਨ ਦੀ ਸੇਮ ਹੀ ਆ ਇਹ ਵੱਖਰੀ ਹੈ ਜਿਹਦੇ ਵਿੱਚ ਆਈਟੀ ਬੇਸ ਹੋਣੀ ਚਾਹੀਦੀ ਹੈ ਬੈਕਗ੍ਰਾਉਂਡ ਆਈਟੀ ਹੋਣੀ ਚਾਹੀਦਾ ਤੁਹਾਡਾ ਤਾਂ ਉਹਦੀ ਫਿਰ ਉਸ ਹਾਮ ਨਾਲ ਤਾਂ ਇਹਦੀ ਵੀ ਅਲੱਗ ਬਣੀ ਚਾਹੀਦੀ ਸੀ ਮੈਰਿਟ ਤਾਂ ਇਹਦੀ ਲੱਗ ਬਣੀ ਨਹੀਂ ਗਈ ਕੱਟ ਆਫ ਲਿਸਟ ਠੀਕ ਹੈ ਇਹਦੀ ਵੀ ਤਾਂ ਕਾਮਨ ਹੀ ਬਣੀ ਆ ਕਿਉਂ ਕਾਮਨ ਬਣੀ ਆ ਤੁਸੀਂ ਦੇਖ ਹੀ ਲਿਆ ਹੋਊਗਾ ਕਾਮਨ ਆਈ ਸੀਗਾ ਦੇਖੋ ਕਾਮਨ ਹੀ ਆਈ ਆ ਤੁਹਾਡੇ ਸਾਹਮਣੇ ਤਾਂ ਉਹਦੇ ਕੋਈ ਵੀ ਨਹੀਂ ਬੋਲੇਗਾ ਬੱਚਾ ਸਿੰਗਲ ਪਰਸਨ ਦਾ ਮੈਨੂੰ ਮੈਸੇਜ ਨਹੀਂ ਆਇਆ ਕਿ ਸਰ ਕਿਉਂ ਨਹੀਂ ਹੋਈ ਕਿਉਂਕਿ ਇਹਦੇ ਵਿੱਚ ਯਾਤਰ ਬੱਚੇ ਇਨ ਹੋ ਗਏ ਹੁਣ ਜਿਆਦਾ ਬੱਚਿਆਂ ਨੂੰ ਤਾਂ ਕਾਇ ਲੱਗਦਾ ਵੀ ਉਹਦੇ ਵਿੱਚ ਪੋਸਟਾਂ ਦਾ ਫਰਕ ਸੀਗਾ ਤਾਂ ਬੱਚਿਆਂ ਨੂੰ ਨਾ ਲੱਗਦਾ ਸਾਡੇ ਨਾਲ ਜਦਕਿ ਫਿਜ਼ੀਕਲ ਸਟੈਂਡਰਡ ਵੀ ਵੱਖਰਾ ਵੱਖਰਾ ਸਬ ਇਨਸਪੈਕਟਰ ਦਾ ਦੇਖੋ ਡਿਸਟ੍ਰਿਕਟ ਕੋ ਤੇ ਆਰਮਡ ਪੁਲਿਸ ਦਾ ਵੱਖਰਾ ਹੈ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਦਾ ਵੱਖਰਾ ਹੈ ਤਾਂ ਇਹ ਹਮੇਸ਼ਾ ਇਹ ਮੰਨ ਕੇ ਚੱਲ ਰਿਹਾ ਵੀ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਨੂੰ ਸੇਮ ਮੰਨ ਕੇ ਚੱਲ ਰਿਹਾ ਡਿਪਾਰਟਮੈਂਟ ਆ ਦੇਖੋ ਤੁਹਾਡੇ ਸਾਹਮਣੇ ਹੀ ਆ ਫਿਜ਼ੀਕਲ ਤੁਹਾਡਾ ਬਿਲਕੁਲ ਸੇਮ ਹੈ ਕਿਸੇ ਕੋਈ ਫਰਕ ਨਹੀਂ ਹੈਗਾ ਜਦਕਿ ਸਬ ਇਨਸਪੈਕਟਰ ਵਜਤਾਂ ਫਿਜ਼ੀਕਲ ਦਾ ਵੀ ਫਰਕ ਆ ਰਿਹਾ ਹੈ ਮੈਜ਼ਰਮੈਂਟ ਦਾ ਵੀ ਫਰਕ ਆ ਰਿਹਾ ਤਾਂ ਉੱਥੇ ਵੀ ਤੁਹਾਨੂੰ ਬੋਲਣਾ ਚਾਹੀਦਾ ਸੀ ਜੇ ਤੁਹਾਨੂੰ ਐਂ ਲੱਗਦਾ ਵੀ ਇ ਤਾਂ ਕਾਰਨ ਨਹੀਂ ਆ ਧੱਕਾ ਨਹੀਂ ਹੋਇਆ ਬੇਟੇ ਜੋ ਉਹਨਾਂ ਨੇ ਦੇਖੋ ਤੁਹਾਡੇ ਸਾਹਮਣੇ ਨੋਟੀਫਿਕੇਸ਼ਨ ਦੇ ਵਿੱਚ ਸਾਫ਼ ਲਿਖਿਆ ਹੋਇਆ ਹੈ ਕਿ ਉਹ ਸਫੀਸ਼ੀਐਂਟ ਨੰਬਰ ਆਫ ਕੈਂਡੀਡੇਟ ਬੁਲਾਉਣਗੇ ਕਾਦੇ ਵਾਸਤੇ ਸਟੇਜ 2 ਵਾਸਤੇ ਚਾਹੀਓ ਕਿਸੇ ਵੀ ਕੈਡਰ ਦਾ ਹੈਗਾ ਜਦੋਂ ਫਾਈਨਲ ਸਿਲੈਕਸ਼ਨ ਹੋ ਜੂਗੀ ਬੇਟਾ ਉਦੋਂ ਤੁਹਾਡੀ ਸੈਪਰੇਟ ਕੈਡਰ ਵਾਈਜ਼ ਮੈਰਿਟ ਲਿਸਟ ਆਊਗੀ ਚਾਹੇ ਤੁਸੀਂ ਸਬ ਇੰਸਪੈਕਟਰ ਦੀ ਗੱਲ ਕਰ ਲਓ ਚਾਹੇ ਤੁਸੀਂ ਇੰਟੈਲੀਜੈਂਸ ਤੇ ਇਨਵੈਸਟੀਗੇਸ਼ਨ ਦੀ ਗੱਲ ਕਰ ਲਓ ਤਾਂ ਇਹ ਸੀਗਾ ਮੁੱਦਾ ਹੁਣ ਕਈਆਂ ਬੱਚਿਆਂ ਨੂੰ ਜੇ ਅਗਰ ਲੱਗਦਾ ਫਿਰ ਵੀ ਧੱਕਾ ਹੋਇਆ ਤੁਸੀਂ ਮੈਨੂੰ ਉੱਥੇ ਦੇਖੋ ਕਮੈਂ ਤੁਸੀਂ ਵੀ ਆਪਦੇ ਲੈਵਲ ਤੇ ਕੁਇਰੀ ਪਾ ਸਕਦੇ ਹੋ ਐਜ਼ ਅ ਸਟੂਡੈਂਟ ਤੁਹਾਨੂੰ ਉੱਥੇ ਜਵਾਬ ਮਿਲ ਜੂਗਾ ਜੇ ਬੋਰਡ ਨੂੰ ਲੱਗੂਗਾ ਹਾਂ ਸਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਬੋਰਡ ਜ਼ਰੂਰ ਤੁਹਾਨੂੰ ਰਿਪਲਾਈ ਕਰੂਗਾ ਰਿਪਲਾਈ ਕਰਦਾ ਵੀ ਇਹ ਬੋਰਡ ਕਈ ਬੱਚਿਆਂ ਨਾਲ ਜੋ ਵੀ ਪ੍ਰੋਬਲਮ ਹੋਈ ਸੀ ਮੈਂ ਉੱਥੇ ਇਹਨਾਂ ਨੂੰ ਕੁਇਰੀ ਪਾਈ ਸੀ ਉਹਨਾਂ ਨੇ ਰਿਪਲਾਈ ਕੀਤਾ ਕਿਸੇ ਦੇ ਮੈਰਿਟ ਵਿੱਚ ਨੰਬਰ ਘੱਟ ਸੀਗੇ ਸਕੋਰ ਕਾਰਡ ਤੇ ਘੱਟ ਸੀਗੇ ਮੈਰਿਟ 'ਚ ਵੱਧ ਸੀਗੇ ਜਾਂ ਕੁਝ ਵੀ ਪ੍ਰੋਬਲਮ ਸੀਗੀ ਜਾਂ ਕਿਸੇ ਦੀ ਕੋਈ ਐਡਮਿਟ ਕਾਰਡ ਦੀ ਪ੍ਰੋਬਲਮ ਸੀ ਉੱਥੇ ਹੋਰ ਰਿਪਲਾਈ ਕਰਦੇ ਆ ਠੀਕ ਹੈ ਜੀ ਤਾਂ ਕਹਿੰਦਾ ਪਾ ਮੈਨੂੰ ਨਹੀਂ ਲੱਗਿਆ ਵੀ ਇਹ ਚੀਜ਼ ਹੋਈ ਆ ਹੁਣ ਕਰਨ ਵਾਲਾ ਕੰਮ ਕੀ ਹੈ ਬੇਟੇ ਹੁਣ ਦੇਖੋ ਮੈਨੂੰ ਵੀ ਬਹੁਤ ਦੁੱਖ ਹੋਇਆ ਜਦੋਂ ਮੈਂ ਆ ਚੀਜ਼ ਦੇਖੀ ਮੈਨੂੰ ਆ ਦੁੱਖ ਬਹੁਤ ਹੋਇਆ ਦੁੱਖ ਕਿਉਂ ਹੋਇਆ ਕਿਉਂਕਿ ਮੇਰਾ ਕਦੇ ਆਈਡੀਆ ਮਤਲਬ ਗਲਤ ਨਹੀਂ ਗਿਆ ਹਾਂ ਮੈਂ ਜਰੂਰ ਵੀਡੀਓ ਨਹੀਂ ਪਾਉਂਦਾ ਕਦੇ ਵੀ ਕੱਟ ਆਫ ਦੀ ਬੱਚੇ ਜਰੂਰ ਮੈਨੂੰ ਪਰਸਨਲ ਬਹੁਤ ਮੈਸੇਜ ਕਰਦੇ ਆ ਕਿ ਸਰ ਸਾਡੀ ਸਿਲੈਕਸ਼ਨ ਹੋ ਜੂਗੀ ਜਾਂ ਨਹੀਂ ਹੋ ਜੂਗੀ ਜਾਂ ਸਾਡਾ ਸਾਡਾ ਨੰਬਰ ਆਜੂਗਾ ਨਹੀਂ ਆਜੂਗਾ ਪਰ ਹਜੇ ਤੱਕ ਮੇਰਾ ਜਿਹੜਾ ਆਈਡੀਆ ਕਦੇ ਗਲਤ ਨਹੀਂ ਹੋਇਆ ਇਦੇ ਵਿੱਚ ਮੈਂ ਪਰ ਪਹਿਲੀ ਵਾਰੀ ਮੈਨੂੰ ਐ ਲੱਗਾ ਵੀ ਬਹੁਤ ਜ਼ਿਆਦਾ ਹਾਈ ਮੈਰਿਟ ਗਈ ਹੈ ਮੈਂ ਇਹਦੇ ਚ ਮੰਨ ਕੇ ਚੱਲਦਾ ਸੀਗਾ ਵੀ 90 ਪਲੱਸ ਨੰਬਰ ਵਾਲਾ ਬੱਚਾ ਕੀ ਹੋ ਜੂਗਾ 90 ਨੰਬਰ ਮਤਲਬ ਘੱਟੋ ਘੱਟ ਜਿਹਦੇ ਹੋਣਗੇ ਉਹ ਇਨ ਹੋ ਜੂਗਾ ਕਿਹਦੇ ਵਾਸਤੇ ਸਿਲੈਕਸ਼ਨ ਵਾਸਤੇ ਬਟ ਦੇਖੋ 104 ਚਲੀ ਗਈ ਨੰਬਰ ਤਾਂ 104 ਨੰਬਰ ਚਲੇ ਗਏ ਬੱਚਿਆਂ ਦੇ ਜਿਹੜੇ ਮੇਲ ਕੈਂਡੀਡੇਟ ਦੀ ਅਗਰ ਆਪਾਂ ਗੱਲ ਕਰੀਏ ਤਾਂ 104 ਨੰਬਰ ਬਹੁਤ ਜ਼ਿਆਦਾ ਨੇ ਤਾਂ ਉਹਦਾ ਕਾਰਨ ਕੀ ਹੈ ਬੇਟੇ ਉਹਦਾ ਕਾਰਨ ਹੈਗਾ ਕੋਮਨ ਬੱਚੇ ਹੁਣ ਦੇਖੋ ਮੁੱਦਾ ਜਿਹਦੇ ਉੱਪਰ ਆਪਾਂ ਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਵੀਡੀਓ ਪਾਉਣਾ ਬੇਟੇ ਬੱਚੇ ਪਹੁੰਚਦੇ ਨਹੀਂ ਮੁੱਦੇ ਮੇਰੇ ਕੋਲ ਲੈ ਕੇ ਜਰੂਰ ਆਉਂਦੇ ਆ ਜਦੋਂ ਮੈਂ ਉਹਦਾ ਹੱਲ ਦੱਸਦਾ ਹੱਲ ਨਹੀਂ ਕਰਦੇਗੀ ਠੀਕ ਹੈ ਮੁੱਦੇ ਚੱਕਣਾ ਬਹੁਤ ਵਧੀਆ ਗੱਲ ਹੈ ਲੇਕਿਨ ਮੁੱਦਿਆਂ ਨੂੰ ਹੱਲ ਕਰਾਉਣਾ ਰਾਜੇ ਤੁਹਾਡੇ ਦੇ ਉੱਪਰ ਹੀ ਹੈ ਤੁਹਾਡੀ ਯੂਨਿਟੀ ਹੀ ਹੱਲ ਕਰਾ ਸਕਦੀ ਹੈ ਆ ਵੀ ਮੈਸੇਜ ਮੈਨੂੰ ਬੱਚਿਆਂ ਦੇ ਬਹੁਤ ਆਏ ਦੇਖੋ ਬਿਲਕੁਲ ਸਹੀ ਗੱਲ ਕਹੀ ਜਿਹੜੇ ਬੱਚੇ ਨੇ ਵੀ ਲਿਖੀ ਹੈ ਇਹ ਮੇਰੇ ਦਿਮਾਗ 'ਚ ਵੀ ਚੱਲ ਰਹੀ ਸੀ ਕਿ ਟਾਈਮ ਦੀ ਕਮੀ ਕਰਕੇ ਮੈਂ ਪਾ ਨਹੀਂ ਸਕਿਆ ਵੀਡੀਓ ਚਲੋ ਆਪਾਂ ਇੱਥੇ ਗੱਲ ਕਰਦੇ ਹਾਂ ਹੁਣ ਮੈਰਿਟ ਹਾਈ ਆਉਣ ਦਾ ਕਾਰ ਪਿਛੇ 1 ਸਾਲ ਤੋਂ ਜਿਹੜੀਆਂ ਭਰਤੀਆਂ ਚੱਲਦੀਆਂ ਆ ਰਹੀਆਂ ਸਿਰੇ ਬਹੁਤ ਘੱਟ ਚੜੀਆਂ ਭਰਤੀਆਂ ਹੁਣ ਜੇ ਆਪਾਂ ਪੰਜਾਬ ਪੁਲਿਸ ਸਬ ਇੰਸਪੈਕਟਰ ਦੀ ਗੱਲ ਕਰ ਲਈਏ ਰਾਜੇ ਇਸ ਤੋਂ ਪਹਿਲਾਂ ਟੈਕਨੀਕਲ ਦਾ ਪੇਪਰ ਹੋਇਆ ਹੈ ਟੈਕਨੀਕਲ ਦੇ ਵਿੱਚ ਸਬ ਇੰਸਪੈਕਟਰ ਦਾ ਵੀ ਹੋਇਆ ਅਲੱਗ-ਅਲੱਗ ਜਿਹੜੀ ਉੱਥੇ ਡੋਮੇਨ ਸੀਗੀ ਤੇ ਕਨਸਟੇਬਲ ਦਾ ਵੀ ਹੋਇਆ ਉਹਦੇ ਵੀ ਟ੍ਰਾਇਲ ਹੀ ਹੋਏ ਹਜੇ ਤੱਕ ਉਹਦਾ ਫਾਈਨਲ ਮਤਲਬ ਰਿਜ਼ਲਟ ਨਹੀਂ ਆਇਆ ਜੇ ਫਾਈਨਲ ਰਿਜ਼ਲਟ ਆ ਜਾਂਦਾ ਤਾਂ ਬਹੁਤ ਸਾਰੇ ਬੱਚੇ ਉਧਰ ਅਡਜਸਟ ਹੋ ਜਾਂਦੇ ਉਹ ਸਿੰਪਲ ਸਬ ਇੰਸਪੈਕਟਰ ਵਾਲਾ ਜਿਹੜਾ ਹੁਣ ਟ੍ਰਾਇਲ ਚੱਲ ਰਿਹਾ ਜਾਂ ਹੈ ਪਰ ਉਹ ਜੇ ਅਗਰ ਆਪਾਂ ਉਹਦੀ ਗੱਲ ਛੱਡ ਕੇ ਚਲੋ ਇਹਦੀ ਗੱਲ ਕਰ ਲੈਨੇ ਆ ਕੱਲੇ ਸਬ ਇਨਸਪੈਕਟਰ ਦੀ ਹੈਡ ਕਾਂਸਟੇਬਲ ਦੀ ਇੰਟੈਲੀਜੈਂਸ ਦੀ ਗੱਲ ਕਰ ਲਈਏ ਰਾਜੇ ਸਭ ਦੀ ਕੱਟ ਆਫ ਆ ਗਈ ਹੈ ਤੇ ਕੱਟ ਆਫ ਇਕੱਠੀ ਆ ਗਈ ਹੁਣ ਦੇਖੋ ਜਾਂ ਤਾਂ ਆਏ ਹੁੰਦਾ ਵੀ ਸਬ ਇਨਸਪੈਕਟਰ ਦਾ ਕੀ ਕਰਦੇ ਕੱਟ ਆਫ ਕੱਢ ਕੇ ਇਹਦਾ ਟ੍ਰਾਇਲ ਲੈ ਕੇ ਇਹਦੀ ਫਾਈਨਲ ਸਿਲੈਕਸ਼ਨ ਦੇ ਦਿੰਦੇ ਤਾਂ ਜਿਹੜੇ ਬੱਚੇ ਸਬ ਇਨਸਪੈਕਟਰ ਦੇ ਵਿੱਚ ਸਿਲੈਕਟ ਹੈ ਬੇਟੋ ਹੈਡ ਕਾਂਸਟੇਬਲ ਚ ਨਾ ਜਾਂਦੇ ਸੇਮ ਹੈਡ ਕਾਂਸਟੇਬਲ ਦਾ ਵੀ ਸਾਰੇ ਕੁਝ ਕਰਨ ਤੋਂ ਬਾਅਦ ਕੱਢਦੇ ਤੇ ਜਿਹੜੇ ਹੈਡ ਕਾਂਸਟੇਬਲ ਦੇ ਵਿੱਚ ਸਿਲੈਕਟ ਹੈ ਉਹ ਇੰਟੈਲੀਜੈਂ ਗੱਲ ਇਸ ਤਰ੍ਹਾਂ ਹੋ ਗਈ ਸਬ ਇੰਸਪੈਕਟਰ ਹੋ ਗਿਆ ਹੈਡ ਕਨਸਟੇਬਲ ਹੋ ਗਿਆ ਇੰਟੈਲੀਜੈਂਸ ਹੋ ਗਿਆ ਤਿੰਨਾਂ ਦੇ ਕੱਟ ਆਫ ਆ ਗਈ ਤਿੰਨਾਂ ਵਿੱਚ ਮੈਂ ਕਹਿੰਦਾ ਘੱਟੋ ਘੱਟ 2500 ਪਲੱਸ ਬੱਚਾ ਮੈਂ ਵੈਸੇ ਇੱਕ ਜਰਨਲ ਆਈਡੀਆ ਦੇ ਰਿਹਾ 2500 ਤਾਂ ਬਹੁਤ ਘੱਟ ਮਤਲਬ ਫਿਗਰ ਹੈ ਕਹਿੰਦਾ ਮਤਲਬ 2-3000 ਬੱਚਾ ਜਿਹੜਾ ਹੈਗਾ ਕਮ ਨਹੀਂ ਕਮਨ ਚੱਲ ਰਿਹਾ ਹੈ ਕਿਉਂਕਿ ਜਿਹੜੇ ਦੇਖੋ ਪ੍ਰਮਾਤਮਾ ਨੇ ਸਭ ਨੂੰ ਅਲੱਗ-ਅਲੱਗ ਦਿਮਾਗ ਵਖਸ਼ੇ ਆ ਅਲੱਗ-ਅਲੱਗ ਕੀ ਹੈ ਸਰਕਮਸਟੈਂਸਾਂ ਘਰਾਂ ਦੇ ਵਿੱਚ ਅਲੱਗ-ਅਲੱਗ ਰਿਸੋਰਸ ਹੈ ਜਿਹੜੇ ਬੱਚੇ ਮਤਲਬ ਕੀ ਕ੍ਰੀਮ ਹੈ ਕਹ ਉਹੀ ਹੈਡ ਕਨਸਟੇਬਲ ਦੇ ਵਿੱਚ ਬੈਠੇ ਆ ਉਹੀ ਇੰਟੈਲੀਜੈਂਸ ਦੇ ਵਿੱਚ ਬੈਠੇ ਆ ਹੁਣ ਯਾਰ ਕੋਈ ਬੱਚਾ ਸ਼ਕਤੀ ਮੰਨਦਾ ਹੈ ਨਹੀਂਗਾ ਕਿ ਸਬ ਇੰਸਪੈਕਟਰ ਦੇ ਵਿੱਚ ਵੀ ਉਹ ਜੌਬ ਕਰੂਗਾ ਨਾਲ ਹੈਡ ਕਨਸਟੇਬਲ ਜੀ ਵੀ ਕਰੂਗਾ ਨਾਲ ਇੰਟੈਲੀਜੈਂਸ ਵੀ ਕਰੂਗਾ ਉਹ ਤਾਂ ਇੱਕ ਥਾਂ ਹੀ ਕਰੂਗਾ ਕਹਿੰਦਾ ਪਾਬੋ ਅਗਰ ਉਹ ਸਬ ਇੰਸਪੈਕਟਰ ਸਿਲੈਕਟ ਹੋ ਗਿਆ ਕਦੇ ਵੀ ਉਹ ਲੋਰ ਚ ਨਹੀਂ ਜਾਊਗਾ ਜੋ ਹੈਡ ਕਨਸਟੇਬਲ ਹੋ ਗਿਆ ਕਦੇ ਵੀ ਉਹ ਇੰਟੈਲੀਜੈਂਸ ਦੇ ਵਿੱਚ ਨਹੀਂ ਜਾਊਗਾ ਤਾਂ ਕਹਿੰਦਾ ਮਤਲਬ ਅਗਰ ਇੱਕ ਚੀਜ਼ ਇੱਕ ਭਾਰਤੀ ਪਹਿਲਾਂ ਸਿਰੇ ਚੜ ਜਾਂਦੀ ਤਾਂ ਫਿਰ ਦੂਜੀ ਦੇ ਵਿੱਚ ਕੀ ਆ ਦੂਜੇ ਬੱਚੇ ਆਉਣ ਦੇ ਚਾਂਸ ਵੱਧ ਜਾਂਦੇ ਠੀਕ ਆ ਜੀ ਤਾਂ ਇਹ ਮੇਨ ਮੁੱਦਾ ਹੈਗਾ ਬ ਪਰਤੀ ਨੂੰ ਸਿਰੇ ਚੜਵਾ ਦਿੰਦੇ ਆਪਾਂ ਅਗਰ ਮੈਕਮੇ ਨੂੰ ਕਹਿੰਦੇ ਜਾਂ ਡਿਪਾਰਟਮੈਂਟ ਨੂੰ ਆਪਾਂ ਕੋਈ ਸੁਜੈਸ਼ਨ ਭੇਜਦੇ ਜਾਂ ਆਪਾਂ ਕੋਵੈਰੀ ਜੋ ਵੀ ਆਪਣੀ ਹੈਗੀ ਜੋ ਵੀ ਆਪਣੇ ਕੋਲ ਰਿਸੋਰਸ ਹੁੰਦੇ ਜਿੱਥੇ ਵੀ ਆਪਾਂ ਆਪਣੀ ਆਵਾਜ਼ ਚੱਕ ਸਕਦੇ ਹੁੰਦੇ ਤਾਂ ਘਟੋ ਘਟ ਬਹੁਤ ਸਾਰੇ ਬੱਚਿਆਂ ਨੂੰ ਕੀ ਮਿਲ ਜਾਂਦੀ ਰਾਜੇ ਜੋਬ ਮਿਲ ਜਾਂਦੀ ਹੁਣ ਕਿਉਂਕਿ ਤੁਹਾਨੂੰ ਪਤਾ ਹੈ ਬੇਟੇ ਆਪਣੇ ਪੰਜਾਬ ਦੇ ਵਿੱਚ ਇੱਕ ਵੇਟਿੰਗ ਲਿਸਟ ਜਿਹੜੀ ਹੈਗੀ ਆ ਵੇਟਿੰਗ ਲਿਸਟ ਵਾਲਾ ਮੈਨੂੰ ਤਾਂ ਤਿੰਨ ਸਰਕਾਰਾਂ ਹੋ ਗਈਆਂ ਬੇਟੇ ਮੈਂ ਕਹਿੰਦਿਆਂ ਨੂੰ ਕੋਈ ਬੱਚਾ ਜਾ ਸਾਥ ਨਹੀਂ ਦੇ ਰਿਹਾ ਹੁਣ ਵੀ ਵੇਟਿੰਗ ਲਿਸਟ ਵਾਲਾ ਮੁੱਦਾ ਚੱਲ ਰਿਹਾ ਹੈ ਉਹਦੇ 'ਚ ਕੀ ਆ ਜੀ ਮੈਂ ਤੁਹਾਨੂੰ ਪਹਿਲਾਂ ਵੀ ਆਪਣੇ ਬਹੁਤ ਵਧੀਆ ਐਮਐਲਏ ਨੇ ਆਪਣੇ ਅਮਨ ਅਰੋੜਾ ਜੀ ਉਹਨਾਂ ਨੇ ਗੱਲ ਵੀ ਸੁਣੀ ਆ ਪੂਰੀ ਭਗਵੰਤਮਾਨ ਜੀ ਅੱਗੇ ਵੀ ਗੱਲ ਰੱਖੀ ਆ ਸ਼ਾਇਦ ਉਹਦਾ ਹੱਲ ਵੀ ਹੋ ਜਾਈ ਪਰ ਕਈ ਵਾਰੀ ਕੁਝ ਜਿਹੇ ਮੁੱਦੇ ਹੁੰਦੇ ਜਿਹਦਾ ਹੱਲ ਕੀ ਹੁੰਦਾ ਬੇਟੇ ਇਕੱਠੇ ਹੋ ਕੇ ਹੁੰਦਾ ਕੋਈ 10 ਬੰਦੇ ਜਾਂ 15 ਬੰਦੇ ਜਾਣ ਨਾਲ ਹੱਲ ਨਹੀਂ ਹੁੰਦਾ ਹੁੰਦਾ ਉਹ ਅੱਜ ਵੀ ਬੱਚੇ ਸ਼ਾਇਦ ਉੱਥੇ ਧਰਨੇ ਤੇ ਬੈਠੇ ਹੋਏ ਆ ਤਾਂ ਉਦੋਂ ਮੈਂ ‟ਵੇਟਿੰਗ ਲਿਸਟ” ਵਾਲੇ ਤਾਂ ਹੀ ਵਾਰ-ਵਾਰ ਬੋਲਦਾ ਸੀਗਾ ਹੁਣ ਜੇ ਮੰਨ ਲਓ ਬੰਦਾ ਸਬ-ਇੰਸਪੈਕਟਰ ਚਲਾ ਗਿਆ ਉਹ ਬੰਦੇ ਨੇ ਆਹ ਸੀ.ਟੀ.ਵੀ. ਖਰਾਬ ਕਰਤੀ ਹੈਡ ਕਨਸਟੇਬਲ ਤੋਂ ਇੰਟੈਲੀਜ ਸੈਕੰਡ ਲਿਸਟ ਆਉਂਦੇ ਕਿੰਨੇ ਕ ਚਾਂਸ ਆ ਇਹ ਕੋਈ ਕੁਆਲਿਟੀ ਹੈ ਨਹੀਂ ਆਪਣੇ ਕੋਲੇ ਤਾਂ ਦੇਖੋ ਆ ਸਿਟਾਂ ਕੀ ਹੋ ਗਈਆਂ ਖਰਾਬ ਹੋ ਗਈਆਂ ਇਹ ਸਿਟਾਂ ਤਾਂ ਜ ਭਰੀਆਂ ਨਹੀਂ ਜਾਂਦੀਆਂ ਬੈਕਲੌਗ ਚ ਲਿਆਂ ਜਾਂਦੀਆਂ ਬੱਚੇ ਫਿਰ ਉੱਥੇ ਦੇ ਉੱਥੇ ਫਿਰ ਤਿਆਰੀ ਕਰਦੇ ਆ ਫਿਰ ਕੋਚਿੰਗਾਂ ਲੈਂਦੇ ਆ ਫਿਰ ਪੈਸੇ ਖਰਾਬ ਕਰਦੇ ਆ ਤੇ ਇਹ ਚੀ ਚੱਲੀ ਜਾਂਦੀ ਹੈ ਬੱਚਾ ਆ ਕੇ ਕੀ ਕਰਦੇ ਹੀ ਕਹਿ ਦਿੰਦੇ ਬਸ ਕਰ ਯਾਰ ਤੂੰ ਬਹੁਤ ਪੈਸੇ ਖਰਾਬ ਕਰ ਦਿੱਤੇ ਤਾਂ ਕਹਿੰਦਾ ਭਾਪ ਬੇਟੇ ਜੇ ਆ ਚੀਜ਼ਾਂ ਹੋ ਜਾਣਗੀਆਂ ਇਹ ਚੀਜ਼ਾਂ ਤਾਂ ਹੀ ਹੋਣਗੀਆਂ ਜੇ ਤੁਸੀਂ ਇਹਦੇ ਬਾਰੇ ਅਵੇਅਰ ਹੋਵੋਗੇ ਪਲੱਸ ਤੁਸੀਂ ਇਕੱਠੇ ਹੋਵੋਗੇ ਪਹਿਲੀ ਗੱਲ ਤਾਂ ਇਕੱਠੇ ਹੀ ਨਹੀਂ ਹੁੰਦੇਗੇ ਦੇਖੋ ਮੈਂ ਵਾਰ-ਵਾਰ ਤੁ ਤੁਸੀਂ ਸਾਰੇ ਮੇਰੇ ਛੋਟੇ ਭੈਣ ਭਰਾਵਾਂ ਵਰਗੇ ਆ ਮੈਂ ਬਲੇਮ ਤਾਂ ਕਰਦਾ ਬੇਟੇ ਮੁੱਦੇ ਚੱਕਣੇ ਫੇਸਬੁੱਕ ਤੇ ਰੈਗੂਲੇਸ਼ਨ ਲੈ ਕੇ ਆਉਣਾ ਇੱਕ ਵੱਖਰੀ ਗੱਲ ਹੈ ਬਟ ਗਰਾਉਂਡ ਲੈਵਲ ਤੇ ਕੋਈ ਵੀ ਨਹੀਂ ਤੁਰਦਾਗਾ ਇਹਦੀ ਮੈਂ ਇੱਕ ਬੈਸਟ ਐਗਜ਼ਾਮਪਲ ਤੁਹਾਨੂੰ ਵਾਰ-ਵਾਰ ਦੱਸਦਾ ਹਾਂ ਜਦੋਂ ਸਬ ਇੰਸਪੈਕਟਰ ਦੀ ਗੱਲ ਆਈ ਸੀ ਕਿ ਪੇਪਰ ਕੈਨਸਲ ਕਰਾਉਣ ਦੀ ਜਾਂ ਨੈਬ ਦੀ ਗੱਲ ਕਰਦੇ ਆ ਤਾਂ 1100 ਬੱਚੇ ਦਾ ਗਰੁੱਪ ਬਣਾ ਲਿਆ ਗਿਆ ਠੀਕ ਹੈ 1100 ਦੇ ਵਿੱਚੋਂ ਕੀ ਆ ਜੀ 100 ਬੰਦਾ ਕਹਿੰਦਾ ਨਾਲ ਚੱਲਾਂਗੇ ਜੋ ਚੱਲਣ ਦੀ ਗੱਲ ਆਈ ਸਿਰਫ 2 ਜਾਂ 3 ਬੱਚੇ ਚੱਲੇ ਆਏ ਹਾਲਾਤ ਹੁੰਦੇ ਹੁੰਦੇ ਆ ਆਹ ਹਾਲਾਤ ਬ ਜਾ ਮੈਨੂੰ ਕਹਿ ਰਹੇ ਹੋ राजे ਮੈਂ ਤਾਂ ਦੇਖੋ ਜਿੱਥੇ ਕਹੋਗੇ ਮੈਂ ਤਾਂ ਤੁਹਾਡੇ ਨਾਲ ਤੇ ਆ ਰਾਂ ਜਿੱਥੇ ਤੁਹਾਡੇ ਨਾਲ ਧੱਕਾ ਹੋਊਗਾ ਮੈਂ ਚੱਲੂਗਾ ਪਰ ਜਿੱਥੇ ਕੋਈ ਧੱਕਾ ਹੈ ਹੀ ਨਹੀਂਗਾ ਤੁਹਾਨੂੰ ਮੈਂ ਗੱਲ ਸਮਝਾਤੀ ਵੀ ਉਹ ਕਿਉਂ ਆਈ ਆ ਕੋਮਨ ਠੀਕ ਹੈ ਜੀ ਤਾਂ ਜੇ ਫਿਰ ਵੀ ਤੁਹਾਨੂੰ ਲੱਗਦਾ ਹੈ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਕਿਉਂਕਿ ਆਪਾਂ ਇੱਥੇ ਭੈਣ ਭਰਾਵਾ ਮੰਗੂ ਆਪਾਂ ਡਿਸਕਸ ਕਰ ਸਕਦੇ ਆਂ ਬੇਟੇ ਜੇ ਆਪਾਂ ਨੂੰ ਲੱਗੂਗਾ ਧੱਕਾ ਹੋਇਆ ਆਪਾਂ ਚੱਲਾਂਗੇ ਜਰੂਰ ਆਪਾਂ ਗੱਲਬਾਤ ਕਰਾਂਗੇ ਡਿਪਾਰਟਮੈਂਟ ਨਾਲ ਵੀ ਗੱਲਬਾਤ ਕਰਾਂਗੇ ਪਲੱਸ ਜਿੱਥੇ ਵੀ ਆਪਣੇ ਕੋਈ ਵੀ ਭਗਵੰਤ ਮਾਨ ਜੀ ਅੱਗੇ ਜਾਂ ਕਿਸੇ ਵੀ ਸਰਕਾਰ ਦੇ ਅੱ ਕਿ ਇੱਕ ୱੇਟਿੰਗ ਲਿਸਟ ਹੋਵੇ ਆਪਣੇ ਕੋਲੇ ਤਾਂ ୱੇਟਿੰਗ ਲਿਸਟ ਆਉਣ ਦੇ ਨਾਲ ਬੇਟਾ ਘਟੋ-ਕਟ ਮੈਂ ਕਹਿੰਦਾ ਵੀ 90% ਤੁਹਾਡੇ ਮੁੱਦੇ ਹੱਲ ਹੋ ਜਾਣਗੇ ਕਿਉਂਕਿ ୱੇਟਿੰਗ ਲਿਸਟ ਹੋਊਗੀ ਆਪਣੇ ਕੋਲੇ ਮੰਨ ਲਓ ਕੋਈ ਸੀਟ ਖਰਾਬ ਵੀ ਹੁੰਦੀ ਹੈ ਖਰਾਬ ਨਹੀਂ ਹੋਊਗੀ ਉਹ ਕਿਸੇ ਨਾ ਕਿਸੇ ਯੂਟਿਲਾਈਜ਼ ਹੋ ਜਾਊਗੀ ਆਪਣੇ ਦੂਜੇ ਛੋਟੇ ਘੱਟ ਨੰਬਰਾਂ ਵਾਲੇ ਭੈਣ ਭਰਾ ਨੂੰ ਮਿਲ ਜਾਊਗੀ ਠੀਕ ਹੈ ਜੀ ਤਾਂ ୱੇਟਿੰਗ ਲਿਸਟ ਤੇ ਇਕੱਠੇ ਹੋਵੋ ਬਾਕੀ ਇਹ ਰਿਜ਼ਲਟ ਬਾਰੇ ਮੈਂ ਦੇਖੋ ਆ ਮੈਂ ਇੱਕ ਦੋ ਦਿਨ ਦੇ ਵਿੱਚ ਵਿੱਚ ਜਾਂ ਮੈਂ ਅੱਜ ਸ਼ਾਮ ਤੱਕ ਹੀ ਮੈਂ ਇੱਕ ਮੇਲ ਵੀ ਪਾ ਰਿਆਂ ਡਿਪਾਰਟਮੈਂਟ ਨੂੰ ਹੋ ਸਕਦਾ ਕੋਈ ਆਪਣੀ ਗੱਲ ਸੁਣ ਲੈਣ ਮੈਂ ਪਹਿਲਾਂ ਪ ਮੇਲ ਮਤਲਬ ਕਿ ਬਣਾ ਕੇ ਵਧੀਆ ਜੀ ਕਿਉਂਕਿ ਆਪਾਂ ਕਿਸੇ ਵੀ ਜਦੋਂ ਹਾਇਰ ਅਥਾਰਟੀ ਅੱਗੇ ਮੇਲ ਪੇਸ਼ ਕਰਦੇ ਆ ਕੋਈ ਵਧੀਆ ਵਰਡ ਵਿਚ ਭਾਰੀ ਭਰਕਮ ਵਰਡ ਹੋਣੇ ਚਾਹੀਦੇ ਜਾਂ ਆਪਣੀ ਗੱਲ ਛੋਟੇ ਲਬਜ਼ਾਂ ਦੇ ਵਿੱਚ ਪੂਰੀ ਹੋਣੀ ਚਾਹੀਦੀ ਆ ਉਹ ਮੇਲ ਬਣਾ ਕੇ ਮੈਂ ਠੰਡੇ ਦਿਮਾਗ ਨਾਲ ਠੀਕਾ ਹੁਣ ਮੈਂ ਬਹੁਤ ਲੇਟ ਹੀ ਸੁੱਤਾਂ ਰਾਜੇ ਰਾਤ ਮੈਂ ਫ੍ਰੀ ਹੋਇਆ ਸਵੇਰੇ ਜਿਵੇਂ ਥੋੜੇ ਰਿਪਲਾਈ ਕੀਤੇ ਆ ਉਹ ਮੇਲ ਬਣਾ ਕੇ ਮੈਂ ਤੁਹਾਨੂੰ ਉੱਥੇ ਪਾ ਦੂੰਗਾ ਆਪਣੇ ਜਿਹੜਾ ਟੈਲੀਗ੍ਰਾਮ ਗਰੁੱਪ ਆਇਆਗਾ ਉਹਦਾ ਲਿੰਕ ਮੈਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਪਾਤਾ ਉੱਥੋਂ ਤੁਸੀਂ ਸਾਰਿਆਂ ਨੇ ਆਪਣੇ ਆਪਣੇ ਲੈਵਲ ਤੇ ਮੇਲ ਕਰਦੇ ਹੋ ਵੀ ਫਿਰ ਹੈਡ ਕਨਸਟੇਬਲ ਫਿਰ ਇੰਟੈਲੀਜੈਂਸ ਚਾਹੇ ਫਿਜ਼ੀਕਲ ਹੋ ਰਿਹਾ ਪੈਰਲਲ ਉਹ ਵਧੀਆ ਗੱਲ ਹੈ ਭਰਤੀ ਜਲਦੀ ਮਤਲਬ ਖਤਮ ਹੋਵੇ ਤਾਂ ਆਪਾਂ ਚਾਹੁੰਦੇ ਆ ਕਿਉਂਕਿ 2-2 ਸਾਲ ਤੋਂ ਲਟਕੜੀਆਂ ਨੇ ਭਰਤੀਆਂ ਪਰ ਪਹਿਲਾ ਰਿਜ਼ਲਟ ਆ ਜਾਵੇ ਤਾਂ ਇਸ ਨਾਲ ਕੀ ਹੋਊਗਾ ਵੀ ਜਿਹੜੇ ਅਗਲੇ ਬੱਚਿਆਂ ਵਾਸਤੇ ਕੀ ਹੋ ਜਾਊਗਾ ਥੋੜਾ ਜਿਹਾ ਇੱਕ ਰਿਲੈਕਸੇਸ਼ਨ ਮਿਲ ਜੂਗੀ ਘਟ ਮੈਟ ਵਾਲਿਆਂ ਨੂੰ ਤਾਂ ਇਹ ਮੁੱਦਾ ਮੈਨੂੰ ਲੱਗਦਾ ਵੀ ਆਪਾਂ ਨੂੰ ਇਹ ਤੇ ਇਕੱਠੇ ਹੋਣ ਦੀ ਜ਼ਰੂਰਤ ਹੈ ਤਾਂ ਜੋ ਵੱਤ ਬੇਟੇ ਆਪਣਾ ਮਕਸਦ ਕੀ ਹੈ ਇੱਥੇ ਦੇਖੋ ਮਕਸਦ ਆਪਣਾ ਸਿਰਫ ਇਹ ਹੈ ਕਿ ਆਪਾਂ ਸਾਰੇ ਸਾਰਿਆਂ ਦੇ ਕੋਲੇ ਵਧੀਆ ਰੋਜ਼ਗਾਰ ਹੋਵੇ ਆਪਾਂ ਇਹ ਨਹੀਂ ਕੀ ਬਿਜਲੀ ਰੇਟ ਇੱਕ ਮਤਲਬ ਜੇ ਹੁਣ ਜਿਵੇਂ ਉਹਨੂੰ ਕਹਿੰਦੇ ਵੀ ਜ਼ੀਰੋ ਬਿੱਲ ਆ ਰਿਹਾ ਮੈਂ ਕਹਿੰਦਾ ਵੀ ਜ਼ੀਰੋ ਬਿੱਲ ਨਾ ਆਵੇ ਤੁਸੀਂ ਜਿਵੇਂ ਰੇਟ 12 ਰੁਪਏ ਤੋਂ 10 5 ਰੁਪਏ ਜਾਂ 7 ਰੁਪਏ ਕਰ ਦਿਓ ਯੂਨਿਟ ਦਾ ਉਹ ਜ਼ਿਆਦਾ ਵਧੀਆ ਹੈ ਫ੍ਰੀ ਸਫਰ ਜਿਵੇਂ ਹੁਣ ਮਤਲਬ ਬੱਸਾਂ ਵਿੱਚ ਮਹਿਲਾਵਾਂ ਦਾ ਸਫਰ ਜਾਂ ਮੇਰੇ ਭੈਣਾਂ ਦਾ ਸਫਰ ਫ੍ਰੀ ਕਰਤਾ ਫ੍ਰੀ ਨਾ ਕਰੋ ਟਿਕਟ ਕੱਟ ਕਰ ਦਿਓ ਕਹਿੰਦਾ ਮਤਲਬ ਜਦੋਂ ਕੋਈ ਚੀਜ਼ ਫ੍ਰੀ ਹੋਊਗੀ ਰਾਜੇ ਉਹ ਆਪਣੇ ਤੇ ਹੀ ਬੋਝ ਬਣਊਗੀ ਤਾਂ ਉਹ ਚੀਜ਼ ਆਪਾਂ ਚਾਹੁੰਦੇ ਵੀ ਸਾਡੇ ਕੋਲ ਰੋਜ਼ਗਾਰ ਹੋਵੇ ਅਸੀਂ ਰੋਜ਼ਗਾਰ ਹੋਈਏ ਅਸੀਂ ਟੈਕਸ ਵੀ ਭਰੀਏ ਸਰਕਾਰ ਨੂੰ ਟੈਕਸ ਅਸੀਂ ਮਦਰ ਡਵੈਲਪਮੈਂਟ ਵਾਸਤੇ ਵੀ ਆਪਣਾ ਹਿੱਸਾ ਭਰਗੇ ਪਰ ਉਹ ਤਾਂ ਹੀ ਹੋ ਸਕਦਾ ਜੇ ਸਾਡੇ ਕੋਲ ਰੋਜ਼ਗਾਰ ਹੋਊਗਾ ਤਾਂ ਰੋਜ਼ਗਾਰ ਤਾਂ ਹੀ ਹੋਊਗਾ ਜੇ ਆਪਣੇ ਆ ਮੁੱਦੇ ਵੇਟਿੰਗ ਲਿਸਟ ਵਾਲੇ ਹੱਲ ਹੋਣਗੇ ਤਾਂ ਇਹ ਮੇਰੀ ਗੱਲਬਾਤ ਸੀ ਤੁਹਾਡੇ ਸਾਹਮਣੇ ਰੱਖਣ ਦੀ ਬਾਕੀ ਤੁਸੀਂ ਫਿਰ ਵੀ ਮੈਨੂੰ ਕਮੈਂਟ ਕਰ ਸਕਦੇ ਹੋ ਬੇਟਾ ਜੋ ਵੀ ਗੱਲਬਾਤ ਬਣੂਗੀ ਜੋ ਤੁਹਾਡੇ ਵਿਊਜ਼ ਹੋਣਗੇ ਉੱਤੇ ਆਪਾਂ ਫਿਰ ਚਰਚਾ ਕਰਾਂਗੇ ਪਰ ਜੋ ਹੋ ਸਕਦਾ ਹੈ ਬੈਸਟ ਤੋਂ ਬੈਸਟ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਆਪਣੀ ਅਰਦਾਸ ਉਹ ਪਰਮਾਤਮਾ ਗੇਹੀ ਹੈ ਬੇਟੇ ਵਾਦ-ਵਾਦ ਬੱਚਿਆਂ ਨੂੰ ਰੋਜ਼ਗਾਰ ਮਿਲੇ ਪਰਮਾਤਮਾ ਕਿਰਪਾ ਕਰਨ ਹਰ ਇੱਕ ਦੇ ਘਰ ਰੋਜ਼ਗਾਰ ਹੋਵੇ ਬੇਟਾ ਇਹੀ ਇਹੀ ਬਤ ਅਰਦਾਸ ਕਰੀ ਦੀ ਤੁਸੀਂ ਵੀ ਸਾਰੇ ਕਰਿਆ ਕਰੋ ਸਰਬਤ ਦੇ ਭਲੇ ਵਾਸਤੇ ਅਰਦਾਸ ਕਰਿਆ ਕਰੋ ਤਾਂ ਸ਼ੁਕਰੀਆ ਬੇਟੇ ਧੰਨਵਾਦ ਲੇਟ ਵਾਸਤੇ ਮਾਫੀ ਹੈ ਤੁਹਾਨੂੰ ਚਲੋ ਕਈ ਵਾਰੀ ਦੁੱਖ ਸੁੱਖ ਘਰਾਂ ਵਿੱਚ ਆਉਂਦੇ ਹੀ ਰਹਿੰਦੇ ਆ ਤੇ ਸ਼ੁਕਰੀਆ ਬੇਟੇ ਧੰਨਵਾਦ ਸਰਬਤ ਦਾ ਬਾਲਾ ਬਾਬਾ ਮਿਹਰ ਕਰੇ